वाहिगुरु साहिब जीओ, चेतना है तो चेत ले, निस दिन मैं प्राणी छिन छिन औद बिहात है। फूट घट ज्यों पानी हर गुण काहे न गावही मूर्ख अज्ञाना। झूठे लालच लाग कै न मरन पछाना। अजहूं कछ बिगड़ो नहीं जो प्रभ गुण गावे। कहो नानक ते भजन ते निरपै पद पावे। कहां बुद्ध प्रभ तुच्छ हमारी वरन सकै महिमा जो तिहारी। हम ना सकत कर सिफत तुम्हारी आप ले हो तुम कथा सुधारी। सतगुरु दीन दुनिया दे पातशाह गुरता गद्दी ते विराजमान दसां पातशाहियां दे प्रतक्ष रूप शब्द रूप छतर चवर तखत दे मालक सतगुरु आदि श्री गुरु ग्रंथ साहिब जी महाराज सच्चे पातशाह जी आप जी दी पावन पवित्र हजूरी विच सज बैठे सत्कारयोग सन्मान योग गुरु खालसा साध संगत जीओ, सारे एकाग्रता बनाओ, मना दे ख्यालां नूं रोक के, बिरतियां नूं रोक के, मन दी एकाग्रता बना के, गज वज के फतेह बुलाओ। वाहिगुरु जी का खालसा, वाहिगुरु जी की फतेह। आप जी बहुत ही बड़भागे हो जो नगर वडाला जहल विख सतगुरु नौवें पातशाह धन गुरु तेग बहादुर साहब सच्चे पातशाह जी जो आप जी का 1 मई नूं आने वाले दिनों दे विच प्रकाश पुरब आ रहा है। वो 4 शताब्दियां यानी कि 400 साल पहला महाराज ने शरीरक तौर पर श्री अमृतसर साहब गुरद्वारा गुरु के महल विखे आप जी ने शरीर धारण किया, अवतार धारण किया है। सो आप नगर की संगत वालों ज्ञानी बलबीर सिंह जी जो यूके तो इंग्लैंड तो उत्थे निवास रखते हैं उन्होंने मिल के उपराला किया क्योंकि गुरसिख का जिहड़ा उदम है साध संगत जीओ जिहड़ी वस्तु किसी नूं मिलती है जे संसारक धन दे व्यापारी हैं
ਤਾਂ ਉਹਨਾਂ ਦੀ ਜਿਹੜੀ ਬਿਰਤੀ ਹੈ ਉਹ ਸੰਸਾਰ ਦੇ ਧਨ ਨੂੰ ਵਧਾਉਣ ਦੇ ਵਿੱਚ ਕੁਦਰਤੀ ਤੌਰ 'ਤੇ ਉਸ ਪਾਸੇ ਵੱਲ ਪ੍ਰੇਰਿਤ ਹੁੰਦੀ ਹੈ। ਸੰਸਾਰ ਦੇ ਧਨ ਨੂੰ ਵਧਾਉਣ ਵਾਸਤੇ ਉਹ ਯਤਨਸ਼ੀਲ ਰਹਿੰਦੇ ਹਨ। ਇਹ ਬਾਹਰੀ ਧਨ ਹੈ, ਬਾਹਰਲੀ ਵਸਤੂ ਹੈ, ਇਹਦਾ ਸੰਬੰਧ ਸਾਡੇ ਸਰੀਰ ਦੇ ਨਾਲ ਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਹੈ ਅਤੇ ਜਿੱਥੇ ਆਪਾਂ ਉਹਨਾਂ ਦਾ 400 ਸਾਲਾਂ ਮਨਾਉਣਾ ਉੱਥੇ ਉਹਨਾਂ ਦੇ ਉਪਦੇਸ਼ ਜੋ ਉਹਨਾਂ ਨੇ ਬਾਣੀ ਵਿੱਚ ਉਪਦੇਸ਼ ਬਖਸ਼ਿਸ਼ ਕੀਤੇ ਹਨ ਔਰ 27 ਸਾਲ ਉਹਨਾਂ ਨੇ ਲਗਾਤਾਰ, ਮੈਂ ਬੇਨਤੀ ਕਰਾਂਗਾ ਸਾਉਣ ਵਾਲੇ ਸੱਜਣਾਂ ਨੂੰ, ਕਿਉਂਕਿ ਲੰਗਰ ਨਾਲ ਹੀ ਚੱਲਦਾ, ਥੋੜ੍ਹੀ ਜਿਹੀ ਆਵਾਜ਼ ਹੀ ਵਧਾ ਦਿਓ, ਇਹ ਉਪਰਾਲਾ ਹੈ, ਕਿਉਂਕਿ ਕੀਰਤਨ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਹੈ ਸਾਜ਼ਾਂ ਦੇ ਨਾਲ। ਕਥਾ ਦੇ ਵਿੱਚ ਹੌਲੀ ਹੌਲੀ ਜਦੋਂ ਕਥਾ ਸੰਗਤ ਧਿਆਨ ਇਕਾਗਰ ਹੁੰਦਾ ਅਤੇ ਹੋਰ ਸ਼ਾਂਤੀ ਵੱਧਦੀ ਹੈ ਅਤੇ ਚੁੱਪ ਜ਼ਿਆਦਾ ਵੱਧ ਜਾਂਦੀ ਹੈ, ਉਹਦੇ ਵਿੱਚ ਬਾਹਰਲੀਆਂ ਆਵਾਜ਼ਾਂ ਜ਼ਿਆਦਾ ਅੰਦਰ ਆਉਂਦੀਆਂ। ਥੋੜ੍ਹਾ ਜਿਹਾ ਆਵਾਜ਼ ਜ਼ਿਆਦਾ ਹੋਏਗਾ ਤਾਂ ਮਨ ਆਪਣੇ ਆਪ ਬਾਹਰਲੀ ਆਵਾਜ਼ ਤੋਂ ਗੁਰੇਜ ਰੱਖੇਗਾ ਅਤੇ ਧਿਆਨ ਜਿਹੜਾ ਉਹ ਟਿਕਿਆ ਰਹੇਗਾ। ਸੋ ਵੈਸੇ ਚਾਹੀਦਾ ਇਹ ਹੁੰਦਾ ਹੈ ਕਿ ਜਿੱਥੇ ਘੱਟੋ ਘੱਟ ਸਟੇਜ ਤੋਂ ਥੋੜ੍ਹੀ ਜਿਹੀ ਦੂਰੀ ਦੇ ਉੱਤੇ ਜਾਂ ਦੂਸਰੀ ਸਾਈਡ 'ਤੇ ਭਾਂਡਿਆਂ ਦਾ ਜਿਹੜਾ ਇਹ ਉਪਰਾਲਾ ਹੋਵੇ, ਲੰਗਰ ਵੀ ਨਾਲ ਚੱਲਣਾ, ਲੰਗਰ ਵੀ ਗੁਰੂ ਘਰ ਦੀ ਮਰਿਆਦਾ ਹੈ, ਜ਼ਰੂਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਹੈ ਕਿ ਮਨੁੱਖ ਦੀ ਸਾਡੀ ਜਿਹੜੀ ਸੋਚ ਹੈ ਕੁਦਰਤੀ ਤੌਰ 'ਤੇ ਪਿਤਾ ਪੁਰਖੀ ਤੌਰ 'ਤੇ ਜਿੱਥੇ ਅਸੀਂ ਜਨਮ ਲਿਆ ਹੈ ਇੱਥੇ ਜਿਵੇਂ ਦੀ ਸਾਨੂੰ ਬਾਹਰੋਂ ਇਸ ਮਨ ਰੂਪੀ ਭਾਂਡੇ ਦੇ ਵਿੱਚ ਜੋ ਕੁਝ ਪੈਂਦਾ ਹੈ, ਜਿਵੇਂ ਧਰਤੀ ਦੇ ਵਿੱਚ ਆਪਾਂ ਜੋ ਬੀਜਨੇ ਆ ਉਹ ਵਾਪਸ ਉੱਗ ਕੇ ਕਈ ਗੁਣਾ ਵੱਧ ਜਾਂਦਾ, ਮਨ ਵੀ ਇਸ ਤਰ੍ਹਾਂ ਦੀ ਧਰਤੀ ਹੈ। ਜਿਵੇਂ ਜ਼ਮੀਨ ਦੇ ਵਿੱਚ ਤੁਸੀਂ ਇੱਕ ਬੀਜ ਬੀਜੋ ਅਤੇ ਕਈ ਉੱਗਦੇ, ਉੱਗਣ ਤੋਂ ਬਾਅਦ ਸਿੱਟਾ ਲੱਗਦਾ ਉਹਨੂੰ ਕਈ ਬੀਜ ਲੱਗ ਜਾਂਦੇ, ਇਸ ਤਰ੍ਹਾਂ ਮਨ ਵੀ ਇੱਕ ਜੀਵਨ ਵੀ ਇੱਕ ਧਰਤੀ ਵਰਗਾ ਹੈ, ਕਰਮ ਭੂਮੀ ਹੈ। ਆ ਜਿਹੜਾ ਸਰੀਰ ਜਿਹੜਾ ਨਾ ਇਹਨੂੰ ਭੂਮੀ ਕਿਹਾ ਹੈ, ਇਹਨੂੰ ਜ਼ਮੀਨ ਕਿਹਾ ਹੈ। ਇਹਦੇ ਵਿੱਚ ਬੀਜ ਕਿੱਥੋਂ ਡਿੱਗਦੇ ਨੇ? ਜਿਵੇਂ ਦੀ ਅਸੀਂ ਬਾਹਰੋਂ ਸੰਗਤ ਕਰਨੇ ਆ, ਜਿਵੇਂ ਦੀ ਸੰਗਤ ਮਨੁੱਖ ਕਰਦਾ ਹੈ ਉਵੇਂ ਦੇ ਬੀਜ ਇਹਦੇ ਅੰਦਰ ਜਾਣ ਲੱਗ ਪੈਂਦੇ ਨੇ, ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ। ਜ਼ਿਆਦਾਤਰ ਇਹ ਦੋ ਚੀਜ਼ਾਂ ਨੇ ਬੰਦੇ ਦੇ ਮਨ ਦੇ ਵਿੱਚ, ਬਹੁਤ ਜ਼ਿਆਦਾਤਰ ਜੋ ਉਹਦਾ ਸੁਭਾਅ ਬਣਦਾ, ਉਹਦਾ ਆਉਣ ਵਾਲਾ ਸਰੂਪ ਬਣਦਾ ਹੈ, ਉਹ ਨਿਮਾਣ ਵੱਲ ਜਾਣਾ ਜਾਂ ਉਚਾਈ ਵੱਲ ਜਾਣਾ ਉਹਦੇ 'ਤੇ ਡਿਪੈਂਡ ਕਰਦਾ। ਦੋ ਅੱਖਾਂ ਅਤੇ ਦੋ ਕੰਨ, ਬੋਲਣ ਦਾ ਵੀ ਬੜਾ ਅਸਰ ਪੈਂਦਾ ਜੀਵਨ ਦੇ ਉੱਤੇ। ਬੋਲਣ ਦਾ ਵੀ, ਜੋ ਅਸੀਂ ਬੋਲਦੇ ਹਾਂ ਮਨ ਉਹਨੂੰ ਸੁਣਦਾ ਹੈ ਅਤੇ ਸੁਣ ਕੇ ਆਪਣੇ ਵਿੱਚ ਜਜ਼ਬ ਕਰ ਲੈਂਦਾ, ਫਿਰ ਉਹ ਕਈ ਗੁਣਾ ਹੋ ਕੇ ਸਾਡੇ ਜੀਵਨ ਵਿੱਚ ਉੱਗਦਾ। ਫਿਰ ਜਦੋਂ ਕਈ ਗੁਣਾ ਹੁੰਦਾ ਫਿਰ ਉਹ ਸਾਡੇ ਸਰੀਰ ਨੂੰ ਚਲਾਉਂਦਾ ਸਾਰਾ ਕੁਝ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਉਪਦੇਸ਼ ਦਿੰਦੇ ਬੜਾ ਵੱਡਾ, ਉਹ ਕਹਿੰਦੇ ਰੇ ਮਨ ਰਾਮ ਸਿਉ ਕਰ ਪ੍ਰੀਤ। ਪ੍ਰੀਤ ਦਾ ਸਾਰਿਆਂ ਨੂੰ ਪਤਾ, ਪ੍ਰੀਤ ਕਿਸ ਨੂੰ ਕਹਿੰਦੇ ਨੇ? ਪ੍ਰੀਤ ਦਾ ਅਰਥ ਹੁੰਦਾ ਮਨ ਦੀ ਲਗਨ, ਮਨ ਦੀ ਤਵੱਜੋ, ਮਨ ਦਾ ਸ਼ੌਂਕ, ਉਹਨੂੰ ਪ੍ਰੀਤ ਕਹਿੰਦੇ ਨੇ। ਰਾਮ ਦੇ ਨਾਲ ਪ੍ਰੀਤ ਕਰ। ਰਾਮ ਕਿਹੜਾ? ਇਹ ਸਮਝਣਾ ਅੱਜ ਦੇ ਸਮੇਂ ਵਿੱਚ ਇੱਕ ਇੱਕ ਅੱਖਰ ਨੂੰ ਸਮਝਣਾ ਗੁਰਬਾਣੀ ਨੂੰ ਬੜਾ ਜ਼ਰੂਰੀ ਹੈ। ਆਉਣ ਵਾਲਾ ਸਮਾਂ ਸਾਧ ਸੰਗਤ ਜੀ ਕੁਝ ਇਸ ਤਰ੍ਹਾਂ ਦਾ ਹੈ, ਥੋੜ੍ਹੀ ਜਿਹੀ ਤਵੱਜੋ ਦਿਓ, ਧਿਆਨ ਦਿਓ ਥੋੜ੍ਹਾ ਜਿਹਾ। ਆਉਣ ਵਾਲੇ ਸਮੇਂ ਦੇ ਵਿੱਚ ਬੜੀ ਉਥਲ ਪੁਥਲ ਹੋਣੀ ਹੈ,
आ जो कुछ हो रहा ना कम जमीना तक फसलों तक सीमित नहीं रहना, यह तो शुरुआत हुई है जी। हौली हौली तुहाडे कोलो भी आने ने जिन्हां ने कहना भी वेखो तुहाडे गुरु कह रहे ने राम, ते राम कौन है? रामचंद्र। ते आम बंदे नूं थोड़ी पता है। दूजी गल यह है कि साडे गुरु घरां दे विच साडे पिंडां दे विच कथा का प्रवाह ही है नहीं, कथा का प्रवाह बहुत घट है। जे है तो सानू टाइम नहीं मिलता, सानू समा नहीं मिलता। तुसी ये सोच के आओ भी जे आपां संगत विच बह के भी हत्थां दे विच फोन ही फड़े होए ने तो घर की करदे होवांगे, ये तुसी अपने आप सोच लो। जे एडा वड्डा उपराला किया गया है कि जे जदों कोई समागम रचना हुंदा है ना साध संगत जी, चार चार महीने पहला प्रबंधकां नूं उहदे बारे सोचना पैंदा है। ये कोई अज ये नहीं कि अज ही हो गया, चार चार महीने भी नहीं संगत नूं इकट्ठी करन वास्ते। अपने विच बाबा सिंदर सिंह जी सभरावां वाले बैठे ने, ये दस दिन बड़ा वड्डा समागम कराउंदे ने। हुण जिहड़ा साडे वर्गा जांदा उह कहिंदा वेखो किन्नी संगत है, एक किले डेढ़ किले भी संगत बैठी हुई, वो इक्को दिन विच थोड़ी आ गई है। ये साध संगत जी रोज़ गड्डी लै के छोटे तो छोटे समागमां ते जा जा के संगत नूं संगत नाल संबंधित हुंदे ने, उहनां नाल गलबात करदे ने। क्यों करदे ने? कादे वास्ते? इह नहीं कि साडे पिछे लोग लगणगे, उह तां करदे ने भी ये गुरु घर विच आउणगे, इकट्ठे होणगे ते फिर इहनां नूं गुरु की बाणी सुनावांगे ते इहनां नूं पता लगेगा सिखी की है, इहदे वास्ते करदे ने। तो छोटा छोटा मेहनत करनी पैंदी, साल साल पूरा, किते व्याह आ गया किते होर आ गया। ये बेचारे अपना इन्होंने घर बार त्यागिया होया है, साडे घरां विच क्यों तुरे फिरदे ने? उपराला इको ही हुंदा है साधुआं दा साध संगत जी, कि वो जिहड़ा एडा वड्डा खजाना है ना 1430 अंगां दे विच जो हीरा है सिक्खी दा, ਉਹ ਵੇਖ ਕੇ ਸਾਨੂੰ ਫਿਰ ਜਿਹਨੇ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਦੁੱਖ ਆਉਂਦਾ ਹੈ ਵੀ ਐਡਾ ਵੱਡਾ ਹੀਰਾ ਉਹ ਤਾਂ ਸਾਡੇ ਮਨਾਂ ਵਿੱਚ ਜਾ ਨਹੀਂ ਰਿਹਾ, ਵੀ ਇਹਨਾਂ ਨੂੰ ਕਿਸੇ ਤਰ੍ਹਾਂ ਪਹੁੰਚਾਈਏ ਇਹਨਾਂ ਦੇ ਮਨ ਦੇ ਵਿੱਚ। ਇਹ ਉਪਰਾਲਾ ਕਰਨਾ ਪੈਂਦਾ, ਅਤੇ ਜਿਹੜਾ ਸਾਧੂ ਉਪਰਾਲਾ ਨਹੀਂ ਕਰਦਾ ਫਿਰ ਗੁਰੂ ਸਾਹਿਬ ਉਹਨੂੰ ਪੁੱਛ ਵੀ ਕਰਦੇ ਨੇ ਵੀ ਤੈਨੂੰ ਸਾਧੂ ਬਣਾਇਆ ਸੀ ਅਤੇ ਤੂੰ ਮੇਰਾ ਕੰਮ ਨਹੀਂ ਕੀਤਾ, ਕਾਰਕੁਨ ਹੈ ਕਰਮਚਾਰੀ ਹੈ ਗੁਰੂ ਦਾ, ਉਹ ਕੰਮ ਕਰਨਾ ਪੈਂਦਾ ਹੈ। ਨਹੀਂ ਕਿ ਸਾਧੂ ਇਕੱਲਾ ਖਵਾ ਲਿਆ ਵੀ ਦੋ ਚਾਰ ਦਸ ਬੰਦੇ ਅੱਗੇ ਪਿੱਛੇ ਤੋਰ ਲਏ ਅਤੇ ਮੈਂ ਸਾਧੂ ਬਣ ਗਿਆ, ਬਸ ਇੱਥੋਂ ਤਾਂ ਗੱਲ ਸੀਮਤ ਨਹੀਂ। ਇਹ ਤਾਂ ਸੰਗਤ ਸਹੂਲਤਾਂ ਦੇ ਹੀ ਦੇਗੀ ਜਦੋਂ ਆਪਾਂ ਸਾਧੂ ਬਣੇ, ਪਰ ਹੁਣ ਕੰਮ ਕੀ ਹੈ? ਤਾਂ ਇਹ ਕਰਨ ਵਾਸਤੇ ਕਿੰਨੇ ਕਿੰਨੇ ਮਹੀਨੇ ਪਹਿਲਾਂ ਉਪਰਾਲਾ ਕਰਨਾ ਪੈਂਦਾ, ਅਤੇ ਅਸੀਂ ਘੱਟੋ ਘੱਟ ਜਦੋਂ ਇੱਥੇ ਆਈਏ ਉਦੋਂ ਸਾਡਾ ਉਪਰਾਲਾ ਜਿਹੜਾ ਹੈ ਉਹ ਵੱਡੀ ਪੱਧਰ ਦਾ ਹੋਣਾ ਸਾਡੀ ਇੱਕੋ ਹੀ ਹੋਣੀ ਚਾਹੀਦੀ। ਪਹਿਲਾਂ ਤਾਂ ਮੋਬਾਈਲ ਬੰਦ ਕਰਕੇ ਚੌਂਕੜਾ ਲਾ ਕੇ ਹਿੱਲ ਜੁੱਲ ਬਿਲਕੁਲ ਨਹੀਂ, ਗੱਲਬਾਤ ਬਿਲਕੁਲ ਨਹੀਂ ਕਰਨੀ, ਬੋਲਣਾ ਚਾਦਨਾ ਬਿਲਕੁਲ ਨਹੀਂ। ਇਹ ਸ਼ਬਦ ਨੂੰ ਅਖਤਿਆਰ ਕਰਨਾ, ਉਪਦੇਸ਼ ਨੂੰ ਅਖਤਿਆਰ ਕਰਨਾ ਜੋ 1430 ਅੰਗਾਂ ਦੇ ਵਿੱਚ ਹੈ। ਤਾਂ ਉਹ ਮੈਂ ਤਿੰਨ ਗੱਲਾਂ ਕੀਤੀਆਂ ਸੀ ਤੁਹਾਡੇ ਨਾਲ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕੀ ਕਹਿੰਦੇ ਨੇ? ਕਹਿੰਦੇ ਆ ਮਨੁੱਖ ਤੂੰ ਪਤਾ ਅਗਲੇ ਸਮੇਂ ਵਿੱਚ ਕੀ ਬਣਨਾ, ਜਿਵੇਂ ਦੀ ਚੀਜ਼ ਨਾਲ ਤੂੰ ਪ੍ਰੀਤ ਪਾਈ ਤੂੰ ਉਵੇਂ ਦਾ ਹੀ ਬਣ ਜਾਣਾ। ਪ੍ਰੀਤ ਲਗਨ ਜਿੱਥੇ ਤੇਰਾ ਮਨ ਲੱਗਾ, ਅਤੇ ਮਨ ਕਿੱਥੇ ਲੱਗਣਾ ਇਹ ਵੀ ਦੱਸ ਦਿੱਤਾ ਮਹਾਰਾਜ ਨੇ ਬਾਣੀ ਵਿੱਚ। ਮਨ ਉੱਥੇ ਲੱਗਣਾ ਜਿਵੇਂ ਦੀ ਤੂੰ ਸੰਗਤ ਕਰੇਗਾ, ਜਿਵੇਂ ਦੇ ਬੰਦੇ ਦੇ ਨਾਲ ਤੇਰਾ ਬਹਿਣ ਖਲੋਣ ਹੋਵੇਗਾ ਉਵੇਂ ਦਾ ਤੇਰਾ ਤੇਰੀ ਲਗਨ ਬਣ ਜਾਣੀ ਹੈ, ਤੇਰੀ ਪ੍ਰੀਤ ਬਣ ਜਾਣੀ ਹੈ। ਤੁਸੀਂ ਕੁਝ ਵੀ ਕਰ ਲਓ, ਹੁਣ ਤੁਸੀਂ ਸੋਚੋ ਕਦੀ, ਤੁਸੀਂ ਚੈੱਕ ਕਰੋ ਆਪਣੀ ਜ਼ਿੰਦਗੀ ਨੂੰ ਵੀ 24 ਘੰਟਿਆਂ ਵਿੱਚ ਤੁਸੀਂ ਕਿਹੜੀ ਚੀਜ਼ ਨਾਲ ਸਭ ਤੋਂ ਜ਼ਿਆਦਾ ਰਹਿੰਦੇ ਹੋ। ਕਦੀ ਨੋਟ ਕਰਿਆ ਕਰੋ, ਇੱਕ ਡਾਇਰੀ ਰੱਖੋ। ਸਭ ਤੋਂ ਜ਼ਿਆਦਾ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ,
ਮੇਰੇ ਖਿਆਲ 'ਚ ਮਾਂ ਦੀ ਜਿਹੜੀ ਮਾਂ ਦੇ ਜੇ ਜੇ ਕੁੱਛੜ ਤੋਂ ਬੱਚਾ ਆਸੇ ਪਾਸੇ ਹੋ ਜਾਏ ਨਾ ਤਾਂ ਉਹ ਇੰਨੀ ਕਾਹਲੀ ਨਹੀਂ ਪੈਂਦੀ ਜਿੰਨਾ ਸਾਡੇ ਤੋਂ ਫੋਨ ਅਤੇ ਫੇਸਬੁੱਕ ਪਾਸੇ ਹੋ ਜਾਏ ਤਾਂ ਸਾਨੂੰ ਕਾਹਲ ਪੈਂਦੀ ਭੱਜ ਕੇ ਲਿਆਓ ਕਿੱਥੇ ਗਿਆ ਛੇਤੀ ਮੇਰੇ ਮੇਰਾ ਜਿਵੇਂ ਨਿਆਣਾ ਕਿਤੇ ਖੁੱਸ ਗਿਆ ਜਿਵੇਂ ਇਹ ਬਹੁਤਿਆਂ ਦਾ ਹਾਲ ਹੈ ਅਤੇ ਹੁਣ ਜਿਹਦੀ ਸੰਗਤ ਮਿਲਣੀ ਹੈ ਸੁਭਾਅ ਤਾਂ ਉਵੇਂ ਦਾ ਹੀ ਬਣਨਾ ਹੈ ਨਾ ਅੱਜ ਹੁਣ ਕਈ ਥਾਵਾਂ 'ਤੇ ਜਾਈਦਾ ਸਤ ਸੰਗਤ ਜੀ ਗੁਰਸਿੱਖ ਨੇ ਅੰਮ੍ਰਿਤਧਾਰੀ ਨੇ ਸਿੰਘ ਨੇ ਬੀਬੀਆਂ ਨੇ ਹੁਣ ਸਾਨੂੰ ਕਹਿਣਗੇ ਬਾਬਾ ਜੀ ਕੋਈ ਸ਼ਬਦ ਦੱਸ ਦਿਓ ਮੈਂ ਕਿਹਾ ਜਿਹੜਾ ਪੰਜ ਪਿਆਰੇ ਨੇ ਦੱਸਿਆ ਉਦੋਂ ਵੱਡਾ ਵੱਡਾ ਹੋਰ ਸ਼ਬਦ ਕਿਹੜਾ ਹੈ ਕਿਹੜਾ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 1699 ਵਿੱਚ ਪੰਜ ਪਿਆਰਿਆਂ ਨੂੰ ਕਿਹਾ ਸੀ ਵੀ ਆਹ ਸ਼ਬਦ ਹੈ ਆਹ ਹੈ ਮੂਲ ਮੰਤਰ ਆ ਗੁਰਮੰਤਰ ਆ ਪੰਜ ਬਾਣੀਆਂ ਆ ਰਹਿ ਰਾਜ ਸਾਹਿਬ ਇਹਦੂ ਵੱਡਾ ਹੋਰ ਦੱਸੋ ਕਿਹੜਾ ਮੰਤਰ ਹੈ ਫਿਰ ਜਿਹੜੀ ਉਹਨਾਂ ਰਹਿਤ ਪੈ ਦੱਸੀ ਉਹ ਕਰ ਲਓ ਉਦੋਂ ਵੱਡੀ ਹੋਰ ਕਿਹੜੀ ਰਹਿਤ ਪੈ ਕਰੋ ਗੱਲ ਤਾਂ ਕਰਾਂਗੇ ਤਾਂ ਹੋਵੇਗੀ ਨਾ ਉਹ ਚਾਹੁੰਦੇ ਨੇ ਵੀ ਕੋਈ ਨਾ ਕੋਈ ਤੁਸੀਂ ਇਸ ਤਰ੍ਹਾਂ ਉਂਗਲ ਲਾਓ ਅਤੇ ਸਾਡੀ ਮਤਲਬ ਇੱਧਰ ਸਮਾਧੀ ਵੀ ਲੱਗ ਜਾਏ ਇੱਕ ਮੈਨੂੰ ਮਾਈ ਕਹਿੰਦੀ ਵੀ ਮੈਨੂੰ ਕੋਈ ਨਾਮ ਦੀ ਦਾਤ ਦੇ ਦਿਓ ਮੈਂ ਕਿਹਾ ਤੂੰ ਮੈਨੂੰ ਫੋਨ ਦੇ ਦੇ ਮੈਂ ਤੈਨੂੰ ਨਾਮ ਦੀ ਦਾਤ ਦੇ ਦਿੰਦਾ ਮੈਂ ਕਿਹਾ ਦੱਸ ਕਿੰਨਾ ਚਿਰ ਚਲਾਉਣੀ ਹੈ ਹੁਣੇ ਕੱਢ ਕੇ ਵੇਖ ਲਓ ਤਿੰਨ ਘੰਟੇ 'ਤੇ ਹਰ ਇੱਕ ਬੰਦੇ ਦੀ ਔਸਤ ਹੈ ਫੋਨ ਸੁਣਨਾ 3 ਘੰਟੇ ਔਰ ਇਹ ਸਾਇੰਸ ਵਾਲੇ ਕਹਿੰਦੇ ਵੀ ਬੰਦੇ ਦੇ ਦਿਮਾਗ ਦਾ ਰਸ ਚੂਸਦਾ ਜਿਹੜਾ ਜਿਹੜੀ ਇੰਨੀਆਂ ਤਰੰਗਾਂ ਜਿਹੜੀਆਂ ਨੇ ਇਹ ਲੋੜ ਵਾਸਤੇ ਨਿਕਲਿਆ ਸੀ ਜ਼ਰੂਰਤ ਵਾਸਤੇ ਸੀ ਜਿਹੜੇ ਸਾਇੰਸਦਾਨ ਨੇ ਤੁਸੀਂ ਵੀ ਸੁਣ ਲਓ ਧਿਆਨ ਦੇ ਨਾਲ ਇੱਕ ਉਂਝ ਵੀ ਇੱਕ ਆਪਣੇ ਲੋੜ ਹੈ ਕੰਮ ਆਉਣ ਦੀ ਇਹ ਕਿ ਜਦੋਂ ਤੁਸੀਂ ਸੌਣਾ ਤੁਹਾਡੇ ਸੌਣ ਤੋਂ 1 ਘੰਟਾ ਪਹਿਲਾਂ ਤੁਸੀਂ ਫੋਨ ਵੇਖਣਾ ਬੰਦ ਕਰਨਾ ਹੈ ਡਾਕਟਰ ਵੀ ਕਹਿੰਦੇ ਨੇ ਨਹੀਂ ਤਾਂ ਤੁਹਾਨੂੰ ਸਹੀ ਨੀਂਦ ਨਹੀਂ ਆ ਸਕਦੀ ਤੁਸੀਂ ਕਹੋਗੇ ਵੀ ਨੀਂਦ ਆ ਗਈ ਪਰ ਨੀਂਦ ਨਹੀਂ ਆਉਣੀ ਤੁਹਾਨੂੰ ਭਾਵੇਂ ਤੁਸੀਂ ਬਿਲਕੁਲ ਤੰਦਰੁਸਤ ਹੋ ਅਤੇ ਹੁਣ ਸੌਂਦਾ ਬੰਦਾ ਕਿਵੇਂ ਹੈ ਸੁਣਦਾ ਸੁਣਦਾ ਹੀ ਸੌਂ ਜਾਂਦਾ ਵਹਿੰਦਾ ਵਹਿੰਦਾ ਹੀ ਸੌਂ ਜਾਂਦਾ ਛਾਤੀ ਦੇ ਉੱਤੇ ਉਹ ਚੱਲਦੇ ਰਹਿੰਦੇ ਆਪੇ ਚੱਲ ਚੁੱਲ ਕੇ ਵਿਚਾਰਾ ਬੰਦ ਹੋ ਜਾਂਦਾ ਉਹ ਫੋਨ ਵੀ ਕਹਿੰਦਾ ਵੀ ਮੈਨੂੰ ਚਲਾਉਣ ਵਾਲਾ ਸੌਂ ਗਿਆ ਹੁਣ ਮੈਂ ਕੀ ਕਰਾਂ ਹੁਣ ਮੈਨੂੰ ਕੌਣ ਬੰਦ ਕਰੇ ਹੁਣ ਨੀਂਦ ਕਿੱਥੋਂ ਆਵੇ ਅਤੇ ਨੀਂਦ ਨਹੀਂ ਆਈ ਤਾਂ ਫਿਰ ਗੁਰੂ ਸਾਹਿਬ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੈ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤਸਰ ਨਾਵੈ ਜਿਹਦੀ ਨੀਂਦ ਹੀ ਠੀਕ ਨਹੀਂ ਉਹਦਾ ਜਾਗਣਾ ਕਿਵੇਂ ਠੀਕ ਹੋਵੇਗਾ ਜਿਹਦੀ ਨੀਂਦ ਹੀ ਠੀਕ ਨਹੀਂ ਆਈ ਪਹਿਲੀ ਗੱਲ ਤਾਂ ਜਿਹਦਾ ਖਾਣਾ ਹੀ ਠੀਕ ਨਹੀਂ ਰਾਤ ਪੀਂਦਾ ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਜਿਹਦਾ ਖਾਣਾ ਪੀਣਾ ਹੀ ਠੀਕ ਨਹੀਂ ਰਾਤ ਨੂੰ ਸਾਧ ਸੰਗਤ ਜੀ ਅਤੇ ਦੂਜੇ ਨੰਬਰ 'ਤੇ ਉਹਦੀ ਨੀਂਦ ਹੀ ਠੀਕ ਨਹੀਂ ਹੈ ਫਿਰ ਸਵੇਰੇ ਉੱਠ ਕੇ ਨਾਮ ਦੀ ਦਾਤ ਮੰਗਦਾ ਗੁਰੂ ਦੇ ਕੋਲੋਂ ਕੋਈ ਨਾਮ ਦੀ ਦਾਤ ਕੋਈ ਕੋਈ ਇਹ ਸਾਧ ਸੰਗਤ ਜੀ ਇਹ ਕੋਈ ਐਡੀ ਸਸਤੀ ਚੀਜ਼ ਨਹੀਂ ਸੀ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਉ ਔਖਾ ਕਿਉਂ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਵੀ ਕਿਸੇ ਨੇ ਕਿਹਾ ਵੀ ਮੇਰੇ ਅੰਦਰ ਨਾਮ ਦੀ ਦਾਤ ਕਿਵੇਂ ਟਿਕੇਗੀ ਗੁਰਸਿੱਖੀ ਕਿਵੇਂ ਟਿਕੇਗੀ ਗੁਰੂ ਕਾ ਪਿਆਰ ਪਰਮੇਸ਼ਰ ਦੀ ਯਾਦ ਕਿਵੇਂ ਟਿਕ ਸਕਦੀ ਹੈ ਕੋਈ ਜੁਗਤ ਦੱਸੋ ਤਾਂ ਉਹਨਾਂ ਦੇ 63 ਸਲੋਕ ਨੇ 63 ਸਲੋਕ ਇਕੱਲੇ ਨੇ ਉਹਨਾਂ ਦੇ ਸ਼ਬਦ ਨਹੀਂ ਗੁਰੂ ਅੰਗਦ ਦੇਵ ਦੂਜੇ ਗੁਰੂ ਪਾਤਸ਼ਾਹ ਤੁਹਾਡੇ ਆਪਣੇ ਹੋਏ ਨੇ ਜਿਹੜੇ 63 ਉਹਨਾਂ ਦੇ ਸਲੋਕ ਨੇ ਇਕੱਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਫਿਰ ਜਾਚ ਦੱਸੀ ਹੈ ਕਹਿੰਦੇ ਮਤ ਸੋਚੋ ਵੀ ਤੁਸੀਂ 24 ਘੰਟਿਆਂ ਦੇ ਵਿੱਚੋਂ 22 ਘੰਟੇ ਜੋ ਮਰਜ਼ੀ ਕਰੋ ਜੋ ਮਰਜ਼ੀ ਬੋਲੋ ਜੋ ਮਰਜ਼ੀ ਵੇਖੋ ਜੋ ਮਰਜ਼ੀ ਸੁਣੋ ਜੋ ਮਰਜ਼ੀ ਬੋਲੋ ਖਾਓ ਪੀਓ ਇਸ ਤਰ੍ਹਾਂ ਟਾਈਮ ਖਰਾਬ ਕਰੋ ਅਤੇ 1 ਘੰਟਾ ਚੌਂਕੜਾ ਲਾ ਕੇ ਕਹੋ ਤੁਹਾਡਾ ਦਸਵਾਂ ਦੁਆਰਾ ਖੁੱਲ੍ਹ ਜਾਏਗਾ ਇਸ ਤਰ੍ਹਾਂ ਨਹੀਂ ਹੁੰਦਾ ਕਿਵੇਂ ਹੁੰਦਾ ਮਹਾਰਾਜ ਉਹ ਕਹਿੰਦੇ ਨੇ 7 ਪਹਿਰੀ 7 ਭਲਾ ਧਿਆਨ ਦਿਓ 8ਵੇਂ ਪਹਿਰ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਹਾਲਾਂਕਿ ਹੁੰਦੇ 8 ਪਹਿਰ ਨੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਜੇ ਸਮਝਾਈਏ ਨਾ ਵੈਸੇ ਗੱਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਸਾਡਾ ਨਵਾਂ ਸਾਲ ਕਿਹੜਾ ਹੈ ਅਤੇ ਸਾਡੇ ਪਹਿਰ ਕਿਹੜੇ ਨੇ ਇਹ ਜਿਹੜੇ ਘੰਟੇ ਨੇ ਇਹ ਤਾਂ ਅੰਗਰੇਜ਼ੀ ਵਿੱਚ ਆ ਗਏ ਨਾ ਨਵਾਂ ਸਾਲ ਜਨਵਰੀ 'ਚ ਆ ਗਿਆ ਨਾ ਸਾਡਾ ਨਵਾਂ ਸਾਲ ਤਾਂ ਆ 1 ਚੇਤਰ ਨੂੰ ਛੱਡਿਆ ਅੱਜ ਜਿਹੜਾ ਹੁਣ ਚੇਤ ਚੱਲ ਰਿਹਾ ਨਾ 1 ਚੇਤ ਨੂੰ ਸਾਡਾ ਪਹਿਲਾ ਸਾਲ ਸ਼ੁਰੂ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਮੁਤਾਬਕ
सारे ग्रंथी सिंघां नूं मैं जिथे भी याद रहिंदा ही तकरीबन दो बेनतियां ते करदे हुंना। एक तां एक चेत जदों आउणा होवे एक महीना पहलां रोज़ दोवें तिन्ने टाइम अनाउंसमेंट करिया करो भी नवां साल आ गया, नवां साल आ गया, नवां साल आ गया। किहदी इहदी की लोड़ है? इहदी उह लोड़ है भी जिहड़े लोग तुहानूं आउण वाले समें विच कह भी रहे ने ते होर उहनां ने बड़े प्रापूगंडे कीते ने भी तुसीं केसाधारी हिंदू हो, तुहाडी कोई वक्खरी होंद नहीं। जिस सिख नूं इह पता लग गया साडा नवां साल अपना, उहनूं इह दसण दी लोड़ ही नहीं पैणी भी तेरी कौम वक्खरी है, तू तेरा कौम अपना सरूप है, उहनूं दसण दी लोड़ नहीं पैणी। उहदे बच्चे बच्चे नूं पता लग जाएगा भी सिख कौम वक्खरी कौम है, साडी अपनी होंद है। नवां साल तुसीं परपक्क करा दिओ वड्डी पद्धर ते, जिवें किते वड्डे कोई वड्डी चीज़ हुंदी है ना, सब तों इन्ना प्रचार करो नवे साल दा, एक चेत दा इन्ना प्रचार करो भी गुरु ग्रंथ साहिब दे बारह माह जिहड़े महीने हन, जिहड़े चौदह शब्द आउंदे ने माझ राग दे विच 133 अंग दे उत्ते, उहदे विच जिहड़े बारह महीनियां दा जिक्र आउंदा वी सब तों पहला महीना चेत है ते सब तों अखीरला फगण है। ते फगण दे विच सारा महीना अनाउंसमेंट कीती जाए, उहदे विच सारे पेपर वंडे जाण, छोटे छोटे पैफलेंट वंडे जाण भी साडा नवां साल एक चेत नूं आ रहा है। ते जदों नवां साल तुहाडा अपना होया ते तुहाडी कौम नवीं अपने आप ही होगी, तुहानूं किसे नूं दसण दी जां किसे नूं होर कोई प्रचार करन दी लोड़ ही रहिणी। नवां साल तुहाडा तुहाडी नवीं कौम नूं जन्म दिंदा। इह तवज्जो देण दीआं गल्लां ने, छोटीआं गल्लां नहीं है, क्योंकि संविधान दीआं गल्लां बड़ियां चलदीआं ने। संविधान दीआं गल्लां संविधान विच रहो, इह संविधान दे विरोधी ने। साडे अपने भी बंदे स्टेजां दे उत्ते जा के, साडे अपने भी बंदे जे किते आ हुण मोर्चा चलिया ना सारे किसानां दा ही है, मजदूरां दा, इहदे विच आड़ती भी आउंदे ने, इहदे विच सारे आउंदे ने, सारिआं दा बणदा है। इहदे विच भी कई इस तरह की बिरती वाले लोग ने, जे कोई उहदे विच कृपाण वाला ते सरूप वाला बंदा जाए ते उहनूं बड़ियां कैरियां अखां नाल वेंदे ते केसरी निशान साहिब नूं कैरियां अखां नाल वेंदे। इह नहीं पता, ठीक है सारे लोगों का मोर्चा है, कोई कल्ले सिखां दा नहीं है, दूजी कौमां दा भी है, बई वखरापन जिहड़ा तुहाडा उह तुसीं ਉਹਨੂੰ ਤੁਸੀਂ ਕਹਿੰਦੇ ਅਸੀਂ ਸੰਵਿਧਾਨ ਦੇ ਵਿੱਚ ਰਹਿਣਾ ਹੈ। ਅਸੀਂ ਰਹਿਣਾ ਤਾਂ ਸੰਵਿਧਾਨ ਦੇ ਵਿੱਚ ਹੈ, ਪਰ ਉਹ ਸੰਵਿਧਾਨ ਦੇ ਵਿੱਚ 25B ਦੀ ਜਿਹੜੀ ਧਾਰਾ ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਤੁਸੀਂ ਕੇਸਾਧਾਰੀ ਹਿੰਦੂ ਉਹ ਦੱਸੋ, ਉਹ ਫਿਰ ਸੰਵਿਧਾਨ ਤੁਸੀਂ ਮੰਨੋਗੇ, ਫਿਰ ਤਿਆਰ ਉਹਨੂੰ ਮੰਨਣ ਵਾਸਤੇ? ਕਿਵੇਂ ਮੰਨੋਗੇ ਉਹਨੂੰ? ਤੁਹਾਡਾ ਆਪਣਾ ਵਿਲੱਖਣਤਾ, ਤੁਹਾਡੇ ਪੰਜ ਕਕਾਰ ਨੇ, ਤੁਹਾਡੀ ਦਸਤਾਰ ਹੈ, ਤੁਹਾਡੇ ਕੇਸ ਨੇ, ਤੁਸੀਂ ਤੁਹਾਡੀ ਵੱਖਰੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੀ अपनी आइडेंटिटी बनाई है, तुहाडी अपनी पहचान है, सब कुछ अपना है, तुहाडा केंद्र है, तुहाडा ग्रंथ अपना है। ये चीज़ां चाहीदियां ने। अज जे तुसी अपनी कौम नूं दुनिया के प्लेटफार्म दे, भावें तुसी विश्व दे विच सारे देशां दे विच तुसी सामने लैके जाणा, UNO दे विच लैके जाणा, तो भी कहिंदे जे तुहाडा ग्रंथ अपना है ते तुहाडे सिंबलाइज अपने ने, तुहाडी वर्दी अपनी है, यानी कि ककार अपने हन, ते तुहाडा ग्रंथ ते तुहाडा केंद्र अपना है, ते तुहानूं वक्खरी कौम दा असीं मानता देंगे। पर इन्हां गल्लां दी साडे लीडरां नूं अज तक ते कोई याद नहीं आई। अज तक साडे लीडरां दी आदत पता की है? जदों ते उह देंदे ने गद्दी, उदों ते चुप करके बिछू बन के बह जांदे, चुप करके भी कोई गल नहीं, रौला ना पाओ जी, असीं इह वी साडे भरा ने जी, साडे भरा ने। अज जदों उन्हां धक्के मार के बाहर कढ़िया, कहिंदे हुण सानूं इह सिख नहीं मानदे, असीं सिख वक्खरी कौम आ, हुण याद आया तुहानूं 30 साल तों बाद? हुण 30 सालों तों बाद उह तुहाडे तों वक्खरे हो गए, क्यों? उन्हां तुहानूं बाहर कढ़ता, बाहर कढ़िया कुढ़िया है नहीं, विच्चों सारे इक्को ही ने, बाहरी तौर ते लगदा है। जिहड़ी गल तुसीं अज करदे हो, अज तों 10 साल पहलां क्यों नहीं सी करदे तुसीं? और मैं भी बेनती करा, जे अगों फिर ये रल गए तो इन्हां ने फिर नहीं जे करनी, इन्हां सिर्फ तुहाडी वरतों करनी, सिर्फ तुहाडी समय के अनुसार वरतों करनी है कि अज तुहानूं इह जिहड़े इह किसानां दी गल मोर्चा, हुण लोकां दा बहाव चल रहा, हुण बहाव दे नाल लाभ लैना, फायदा लैना। चलो इन्हां मैं गल्लां वल मैं बाणी वाले पासे मुड़न की कोशिश कराँगा।
ਤਾਂ ਜੀਵਨ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਹਨਾਂ ਨੇ ਅਧਿਆਤਮ ਵੀ ਨਾਲ ਰੱਖਿਆ ਜੇ ਉਹਨਾਂ ਕੁਰਬਾਨੀ ਵੀ ਕੀਤੀ ਹੈ ਨਾ ਦੂਜਿਆਂ ਦੇ ਧਰਮ ਵਾਸਤੇ ਦੂਜਿਆਂ ਦੇ ਚਿੰਨ੍ਹ ਵਾਸਤੇ ਇਸੇ ਲਾਲ ਕਿਲੇ ਦੇ ਸਾਹਮਣੇ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਹੈ ਇਹ ਜਿਹੜਾ ਲਾਲ ਕਿਲਾ ਹੈ ਨਾ ਇਹਦਾ ਜਿਹੜਾ ਲਾਲ ਰੰਗ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖੂਨ ਦੇ ਨਾਲ ਖੋਇਆ ਹੋਇਆ ਇਹਦਾ ਲਾਲ ਰੰਗ ਜਿਹੜਾ ਅੱਜ ਭਾਵੇਂ ਇਹਦੇ ਕੋਈ ਹੋਰ ਵਾਰਸ ਬਣੇ ਫਿਰਨ ਜਿਹੜੇ ਮਰਜ਼ੀ ਬਣੇ ਫਿਰਨ ਇਹਦਾ ਲਾਲ ਰੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਸ ਬੰਦਗੀ 27 ਸਾਲ ਦੀ ਬੰਦਗੀ ਵਾਲੇ ਖੂਨ ਦੇ ਨਾਲ ਬਣਿਆ ਹੋਇਆ ਗੁਰੂ ਸਾਹਿਬ ਕਿਸੇ ਵੀ ਮਨੁੱਖੀ ਜਿਹੜਾ ਸਟ੍ਰੈਸ ਹੈ ਦਬਾਅ ਨੂੰ ਕਿਤੇ ਵੀ ਨਹੀਂ ਮੰਨਦੇ ਬਾਣੀ ਵੀ ਨਹੀਂ ਮੰਨਦੀ ਉਹ ਕਹਿੰਦੇ ਹਰ ਇੱਕ ਨੂੰ ਉਹਦੇ ਹੱਕ ਨੇ ਜਿਹੜੇ ਉਹਨੂੰ ਆਜ਼ਾਦੀ ਨਾਲ ਜਿਉਣ ਦਿਓ ਹਰ ਇੱਕ ਨੂੰ ਨਹੀਂ ਉਦੋਂ ਔਰੰਗਜ਼ੇਬ ਜੇ ਜਨੇਊ ਲਾਉਂਦਾ ਸੀ ਜੇ ਮੰਦਰ ਢਾਉਂਦਾ ਸੀ ਜੇ ਮੂਰਤੀਆਂ ਢਾਉਂਦਾ ਸੀ ਹਾਲਾਂਕਿ ਸਿੱਖ ਮੂਰਤੀ ਦਾ ਪੁਜਾਰੀ ਨਹੀਂ ਸਿੱਖ ਜਨੇਊ ਪਾਉਂਦਾ ਨਹੀਂ ਸਿੱਖ ਤਿਲਕ ਲਾਉਂਦਾ ਨਹੀਂ ਉਹਨਾਂ ਦੇ ਚਿੰਨ੍ਹ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਤਿਲਕ ਅਤੇ ਜੰਝੂ ਉਹਨਾਂ ਦਾ ਰੱਖਿਆ ਉੱਥੇ ਤਿਲਕ ਅਤੇ ਜੰਝੂ ਦਾ ਮਸਲਾ ਨਹੀਂ ਹੈ ਬੋਧੀ ਦਾ ਮਸਲਾ ਨਹੀਂ ਭਾਵੇਂ ਕੋਈ ਵੀ ਕਿਸੇ ਵੀ ਚੀਜ਼ ਦੀ ਜਿਹੜੀ ਕੁਦਰਤ ਨੇ ਉਹਨੂੰ ਜਿਉਣ ਦੀ ਆਜ਼ਾਦੀ ਦਿੱਤੀ ਹੋਈ ਹੈ ਪਰਮਾਤਮਾ ਨੇ ਉਹਨੂੰ ਆਪਣਾ ਜੀਵਨ ਦਾ ਢੰਗ ਦਿੱਤਾ ਹੋਇਆ ਹੈ ਉਸ ਢੰਗ ਨੂੰ ਸਿੱਖੀ ਕਹਿੰਦੀ ਹੈ ਉਸੇ ਤਰ੍ਹਾਂ ਜਿਉਣ ਦੇ ਹੋਰ ਸਿੱਖੀ ਹੈ ਕੀ ਹੈ ਸਿੱਖੀ ਕੋਈ ਕੱਟੜਵਾਦ ਨਹੀਂ ਹੈ ਸਾਡੇ ਵਿੱਚ ਵੀ ਬੜੇ ਪ੍ਰਚਾਰ ਕਰਦੇ ਨੇ ਨਾਸਤਿਕ ਪੱਧਰ ਦੇ ਲੋਕ ਨੇ ਨਾ ਜਿਹੜੇ ਜੇ ਉਹ ਕਿਰਪਾਨ ਵਾਲਾ ਵੇਖ ਲੈਣ ਕੋਈ ਸਾਧੂ ਵੇਖ ਲੈਣ ਕਹਿਣਗੇ ਆ ਗਿਆ ਜੀ ਕੱਟੜਵਾਦੀ ਆ ਗਿਆ ਕੱਟੜਵਾਦੀ ਸਿੱਖ ਕੋਈ ਕੱਟੜਵਾਦੀ ਹੈ ਹੀ ਨਹੀਂ ਸਿੱਖ ਦਾ ਮਤਲਬ ਇਹ ਹੈ ਰੱਬ ਨੇ ਜਿਵੇਂ ਦਾ ਬੰਦਾ ਬਣਾਇਆ ਉਸ ਨੂੰ ਉਵੇਂ ਦਾ ਰਹਿਣ ਦਿਓ ਨਾ ਉਹਦੇ ਵਿੱਚੋਂ ਕੁਝ ਕੱਢੋ ਅਤੇ ਨਾ ਉਹਦੇ ਵਿੱਚ ਕੁਝ ਪਾਓ ਉਹਨੂੰ ਨੇਚਰ ਦੇ ਅਨੁਸਾਰ ਜਿਉਣ ਦਿਓ ਸਿੱਖ ਸਰੂਪ ਕੀ ਹੈ ਕਈ ਕਹਿੰਦੇ ਫਲਾਣੇ ਨੇ ਦਾੜ੍ਹੀ ਰੱਖ ਲਈ ਹੈ ਦਾੜ੍ਹੀ ਰੱਖੀ ਥੋੜ੍ਹੀ ਹੈ ਦਾੜ੍ਹੀ ਤਾਂ ਰੱਬ ਨੇ ਪਹਿਲਾਂ ਹੀ ਲਾਈ ਹੋਈ ਹੈ ਨਾਲ ਦਾੜ੍ਹੀ ਰੱਖੀ ਨਹੀਂ ਜਾਂਦੀ ਉਹ ਤਾਂ ਹੈ ਸੀ ਉਹ ਤਾਂ ਮਨੁੱਖ ਦੀ ਪ੍ਰਵਿਰਤੀ ਜਿਹੜੀ ਇਹ ਸਮਾਜ ਦੀ ਇਸ ਤਰ੍ਹਾਂ ਦੀ ਬਣ ਗਈ ਕਿ ਕੇਸ ਦਾੜ੍ਹੇ ਨੂੰ ਸਾਧ ਸੰਗਤ ਜੀ ਕੋਈ ਸਮਾਂ ਸੀ ਜਦੋਂ ਇਹਨੂੰ ਕੱਟਣਾ ਗੁਨਾਹ ਮੰਨਿਆ ਜਾਂਦਾ ਸੀ ਕੇਸ ਦਾੜ੍ਹੇ ਹਿੰਦੂ ਵੀ ਕੇਸ ਰੱਖਦੇ ਸੀ ਜਿਹੜੇ ਹਿੰਦੂ ਨੇ ਮੁਸਲਮਾਨ ਨੇ ਸਾਰੇ ਬਾਦਸ਼ਾਹ ਹੋਏ ਨੇ ਤੁਸੀਂ ਉਹਨਾਂ ਦੀਆਂ ਤਸਵੀਰਾਂ ਵੀ ਦੱਸਦੀਆਂ ਨੇ ਹਿੰਦੂਆਂ ਰਾਜੇ ਦੀਆਂ ਜਿਹੜੀਆਂ ਉਹ ਵੀ ਕੇਸ ਸਾਰੇ ਲੋਕ ਰੱਖਦੇ ਸਨ ਅੰਗਰੇਜ਼ ਵੀ ਰੱਖਦੇ ਸਨ ਇਹ ਤਾਂ ਗੁਨਾਹ ਮੰਨਿਆ ਜਾਂਦਾ ਸੀ ਅਤੇ ਗੁਰੂ ਸਾਹਿਬ ਨੇ ਫਿਰ ਇਹਨੂੰ ਪਰਪੱਕ ਕੀਤਾ ਵੀ ਇਹ ਕੁਦਰਤ ਦੀ ਦਾਤ ਹੈ ਜਿਹੜੇ ਕੇਸ ਨੇ ਅਕਾਲ ਪੁਰਖ ਦੀ ਗਿਫਟ ਹੈ ਉਹਨੇ ਦਿੱਤੇ ਹੋਏ ਨੇ ਇਹਨਾਂ ਕੇਸਾਂ ਵਾਸਤੇ ਹੀ 7 ਅਤੇ 9 ਸਾਲ ਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੀਹਾਂ ਦੇ ਵਿੱਚ ਖਲੋਤੇ ਸਨ ਇਹਨਾਂ ਕੇਸਾਂ ਵਾਸਤੇ ਇਸ ਧਰਮ ਵਾਸਤੇ ਇਸ ਮਨੁੱਖੀ ਅਧਿਕਾਰ ਵਾਸਤੇ ਧਰਮ ਵਾਸਤੇ ਅੱਜ ਉਸੇ ਪੰਜਾਬ ਦੀ ਧਰਤੀ 'ਤੇ ਬਿਊਟੀ ਪਾਰਲਰ ਕਿੰਨੇ ਨੇ ਤੁਸੀਂ ਗਿਣ ਕੇ ਵੇਖ ਲਓ ਵਿਆਹ ਹੋਣਾ ਹੋਵੇ ਨਾ ਜਿਹੜੀ ਬੱਚੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੈ ਕੇ ਆਉਣਾ ਪਹਿਲਾਂ ਬਿਊਟੀ ਪਾਰਲਰ ਕੋਲ ਲੈ ਕੇ ਜਾਓ ਕਹਿੰਦੇ ਉਹਨੇ ਤਿਆਰ ਕਰਕੇ ਘੱਲਣਾ ਇਹ ਬੜੀ ਸ਼ਰਮ ਦੀ ਗੱਲ ਹੈ ਸਿੱਖਾਂ ਵਾਸਤੇ ਪੰਜਾਬੀਆਂ ਵਾਸਤੇ ਇਹ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਕਿੱਥੋਂ ਆਉਂਦਾ ਹੈ ਕਿੱਥੋਂ ਆ ਰਿਹਾ ਸਾਰਾ ਕੁਝ ਇਹ ਸਾਡੇ ਵਿੱਚ ਘਸੋੜਿਆ ਜਾ ਰਿਹਾ ਔਰ ਅਸੀਂ ਸੁੱਤੇ ਪਏ ਹਾਂ ਕਿਉਂ ਸਾਡੇ ਪਿੰਡਾਂ ਦੇ ਵਿੱਚ ਗੁਰਦੁਆਰੇ ਬਣਾਉਣ ਦਾ ਮਤਲਬ ਇਹ ਸੀ ਕਿ ਦੋਵੇਂ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕੀਤੀ ਜਾਏ ਤਾਂ ਕਿ ਉਹਦੇ ਵਿੱਚੋਂ ਪਤਾ ਲੱਗ ਸਕੇ ਕਿ ਮਨੁੱਖੀ ਜਿਹੜਾ ਉਹਦਾ ਜੀਵਨ ਜਿਉਣ ਦਾ ਢੰਗ ਜਿਹੜਾ ਔਰ ਉਹਦੇ ਅੰਦਰ ਖਜ਼ਾਨਾ ਕੀ ਹੈ ਜਿਹਦੇ ਤੋਂ ਵਾਂਝਾ ਹੈ ਉਹ ਬਾਰ ਬਾਰ ਜਿਉਂ ਰਿਹਾ ਬਾਰ ਬਾਰ ਅਸੀਂ ਫਿਰ ਰਹੇ ਹਾਂ ਸਾਰਾ ਕੁਝ ਜੋ ਅੰਦਰ ਅਸਲੀ ਜੋ ਬਾਦਸ਼ਾਹਤ ਹੈ ਜੋ ਸਿੰਘਾਸਣ ਹੈ ਜਿਹਨੇ ਇਹਨੂੰ
इनू रजाउना है, जिन्हें इनू अंदरों तृप्त करना है, जिन्हें इनू खुश करना है, वह तो ये अंदर है। गुरबाणी ये कह रही है, वह अंतरमुखी है दे विच। तो बार बार सानू सारा सिस्टम ही इस तरह का साडे उत्ते थोप दिता गया है कि इनू बार मुखी कर दिता जाए। ये तो राजनीतिक लोग करते होंगे ने कि लोगों इस तरह दीयां चीज़ां दे विच कदी नहीं कोई सरकार कहेगी भी तुसी कोई साध संगत जी आ जिहड़ी बाहरली चीज़ जिहड़ी मनुख नूं भटकाउंदी इहनूं घट कर दिओ, कोई सरकार नहीं कहेगी कदी, कोई नहीं कहेगी। क्यों? उन्हां दीयां कुर्सियां कायम तां ने, जे लोग सुते रहणगे ते लोग भटके रहणगे, लोग शराबी रहणगे, नशेई रहणगे, लोग भुखियां खाणगे, मत मारी रहेगी, होश आएगी ना, सोच ना सकणगे भी हो की रहा है। मैनू कई नौजवान कहिंदे भी सारिआं नूं पता गुरु ग्रंथ साहिब की बेअदबी किन्ने कराई, सारिआं नूं पता, सारिआं नूं पता बहबल काल दे विच कांड दे विच कतल किन्ने कराए ने, सारिआं नूं पता है। वोट फिर उन्हां नूं पाई जांदे ने, उन्हां नूं फिर जिताए जांदे ने, उन्हां दिनां दे विच ही जिताए जांदे ने, जदों नारे लाने हुंदे दूजे पासे भी हो जांदे ने। इहदा की कारण है? इहदा कारण एजुकेट दी पढ़ाई की कमी है, गुरबाणी की विचार की कमी है। इन्हों पता ही नहीं लगता भी है कि असलीयत दे विच ऐसे जाल दे विच फसाए गए ने कि इन्हों समझ ही नहीं आती कि असी करना की है ते की नहीं करना। तो साध संगत जी, गुरु साहब असी भी जिहड़े बोलन वाले हाँ, साडा भी हुण काम यह बन गया भी तुहानू इस तरह दियां पांच चार इस तरह दियां सुना के चंगीआं मसालेदार जिहां रवा के ते लिफाफा लैके अपनी गड्डी विच बह के घर तुर जाना, ये गल्लां करन लई तैयार कर। अज स्टेज तो भी बहुत घट लोग ने, साडा भी काम यही हो गया। तो वो गुरु साहब ने, गुरु तेग बहादुर साहब पातशाह ने उन्हां दे 400 साला दे विच्चों जिहड़ी अज एक दात सानू चाहीदी है प्राप्त करनी, वह है भगती दी दात। सब तो पहली हर एक सिख दे कोल भगती दी दात चाहीदी है। आपां अपने आप नूं अज इत्थे महाराज गुरु तेग बहादुर साहब जी दे चरणां विच अरदास करनी है कि सच्चे पातशाह जी, आप जी ने 27 साल बाबा बकाला साहब तुहाडे कोल है, भोरा साहब तुहाडे कोल है, हुण तां उहदे उत्ते भी किंतू परंतु होण लग गया ना भी भोरा साहब कोई हो कोई। गुरु साहब ते प्रचार ही सब तो वध कीता, उन्हां ने प्रचार भी किया, गुरु साहब ने नहीं कि प्रचार नहीं किया, प्रचार तो अपने आप ही हो जाएगा। जिथे सच प्रगट होगा उन्हें सच की गल कहण तो टलना ही नहीं, सच की यह निशानी होंदी है, उन्हें बोलेगा ही बोलेगा, कहेगा ही कहेगा उसनों, और थोड़ा कहेगा तो ज़्यादा असर करेगा, घट कहेगा। असी हुण इन्ना कहने जिनी हुण कोई कथा हो रही, इन्नी कथा पहला थोड़ी होंदी सी, पहला कि एक कोई कथावाचक बोलता सी, 200-250 बंदियां दे विच उन्हां तक ही गल कहिंदी सी, चलदी सी। हुण तां हुण वेखो असी 2 करोड़ सिख तक रोज़ कथा भेज रहे हैं, तो एक कथा नहीं 5-5 कथा जांदियां ने हर एक सिख दे घर दे विच, असर क्यों नहीं हो रहा? इहदा कारण की है? 5-5 कथा जांदियां हर एक घर दे विच रोज़ टैलीविजन दे उत्ते। ਉਹ ਗੱਲ ਇਹ ਹੈ ਕਿ ਅਸੀਂ ਇਕੱਲਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇੱਕ ਅੱਖਰੀ ਤੋਤਿਆਂ ਵਾਂਗੂ ਰਟ ਕੇ ਲੋਕਾਂ ਨੂੰ ਸੁਣਾਉਣਾ, ਇਹਨੂੰ ਪ੍ਰਚਾਰ ਕਰ ਰਹੇ ਹਾਂ, ਜਦਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਪਹਿਲਾਂ ਭਗਤੀ ਕਰਕੇ ਆਪਣੇ ਅੰਦਰ ਉਹ ਜੋਤ ਪ੍ਰਗਟ ਕਰਨੀ ਜਿੰਨੇ ਅਸਰ ਕਰਨਾ ਲੋਕਾਂ ਦੇ ਉੱਤੇ, ਉਹ ਜੋਤ ਹੁੰਦੀ ਹੈ। ਆ ਜਿਨ੍ਹਾਂ ਦਾ ਅਸਰ ਹੋਇਆ, ਜਿਨ੍ਹਾਂ ਨੇ ਕਮਾਈ ਕੀਤੀ ਕਥਾ, ਹੁਣ ਅਸੀਂ ਵੀ ਕਰਨੇ ਹਾਂ कथा, मस्कीन जी ने भी की कथा, संत अतर सिंह जी ने भी की है कथा, संत बाबा गुरबचन सिंह होर ने भी की, बाबा जरनैल सिंह होर ने भी की है। जदों इस तरह लोग आते सी कि वेख के आईए भी संत जरनैल सिंह किवें दे ने, मोने घोने आते सी ते अमृत छक लेंदे सी, क्यों? उहदे बैक दे विच अंदर पहला भगती सी, जोत सी, वह जोत प्रगट हो चुकी सी जिहड़ी असर करदी सी। असी उहनूं सिर्फ बोलने आ, सिर्फ गल्लां दे विच लै के आउने आ। गुरु तेग बहादुर साहिब ने प्रचार तां कीता है, प्रचार बाद विच कीता, पहला रब्बी रूप ते पहले ही सन गुरु तेग बहादुर साहिब सच्चे पातशाह जी।
उन्हां दा जीवन तुसीं वेखो ना, तुहाडे ते सारा कुछ घर विच ही है, अमृतसर साहिब जिले दे विच नेड़े है सब कुछ। आप जी दा बचपन सी जिहड़ा, आप जी दी जिहड़ी पहली उम्र सी 14 साल तो कह लो, भावें तुसीं 32 साल तक कह लो, सारी तो बराग ते त्याग दी ते भगती दी मूर्त है गुरु तेग बहादुर साहिब पातशाह जी। मैं कई बार सोचना एक गल, कई बार ना असी कहने भी तुसी आ गल बोलो आ गल बोल दो, चलो बोलना चाहिए जिहड़ी जिहड़ी हर एको जिहा नहीं हुंदा। एक गल मैं बहुत एक गल तो हैरान हाँ भी गुरु तेग बहादुर साहब ने अपनी बाणी दे विच कदी भी यानी कि किसी संसारक चीज़ की गल नहीं की, कदी भी नहीं की। तुसी सारे जिहड़े बाणी पढ़ने वाले ने उन्हां दे बाणी तुसी 59 शब्द ते आप जी दे श्लोक ने जिहड़े 57 श्लोक ने गुरु तेग बहादुर साहब जी दे, वह पढ़ के वेखो सारिआं दे विच ज़्यादातर भगती की गल होगी, जां मनुखी शरीर की कचियाई की गल होगी कि ये छिन भंगर है तो कच्चा है, तो जां नाम की गल होगी, बंदगी की गल होगी, जां परमेश्वर अगे अरदास की गल होगी, उत्थे किते संघर्ष की गल नहीं आउंदी। पर महाराज ने वेखो कुरबानी दित्ती, और उस कुरबानी दे विच उह कुरबानी ऐसी सी जिस कुरबानी दे नाल उस औरंगजेब का तख्त हिल गया जिहड़ा कई फकीरां दी शहादत करके नहीं सी हल्लिया। आप जी ने 27 साल तक बंदगी कीती, बाबा बकाला साहब गुरु के अस्थान बने हुए। अज जतन होया है 1984 तो लैके बड़ा जतन किया गया कि सिखां दी जिहड़ी मैंटली तौर पर मानसिकता है इन्हां दी सोच नूं कॉम्युनिस्ट कर दिता जाए। हुण जी तो बहुते जोर लगा जदों इंटरनेट बहुता छाया होया, कई तरह के नवे तो नवे कार्ड कढ़दे ने, कई खोजां कर करके पिछे जोर की लगा होया, जोर ये लगा होया सिख नितनेम छड़ जाण, सिख गुरु अस्थान छड़ जाण, इन्हां दे समागम इन्हां दे बंद हो जाण, ये दरबार साहब जाना छड़ देने, इन्हां ते जोर लगा, पूरा जोर लगा, क्योंकि ये तुहानू जज्बाती करदा, सिस्टम तुहाडे जज्बात नू पैदा करदा। ठीक है, भगती अंदर दी गल है, सिक्खी अंदर दी गल है, सिमरन करना ते उह तुहाडा निजी अपना अपने बैड दा काम है, तुहाडा अपना निजी काम है सिमरन करना, पर जदों तुसी पंथक तौर पर अगे चलना है तो उदों तो तुहाडा काम जिहड़ा जोश ने जज्बात ने काम करना है, तो उहदे उत्ते बड़ा जोर लगा, उहदे उत्ते बड़ी ताकत लगी है। आ पंजाब दे विच हर एक पिंड दे विच एक रिवाज, हुण तां थोड़ा जिहा घट गया, चलिया सी भी भावें किसी दे कोल 4 किले सी वह अपने पिता नूं कहिंदा सी वी बापू एक किला भावें बीच दे, मैं गाउण वाला बनना, मैं कैसट कढाउणी है, ये बड़ा रिवाज चलिया। ये प्रमोट किने कीता, ये प्रमोट कीता सी 1984 तो बाद गाउण वालियां नूं, जदों जिहड़े गाउण वाले लोग सन उन्हां लोकां नूं सुरक्षा दे के, उन्हां नूं सिक्योरिटियां दे के उस वेले दी सरकार ने उस वेले दी एजेंसियां ने खड़ा कीता भी तुसीं इन्हां सिखां दे विच अश्लील गाने गा के इन्हां दे विच जिहड़ी इन्हां दा जज्बात है, इन्हां दा जिहड़ा जोश है, उहनूं हौली हौली पतला कर दिओ, कमजोर कर दिओ, इन्हां दी कुरबानी दा मादा खत्म कर दिओ, ते चुप करके बह जाणगे। उहदा असर भी होया है, तुहाडे सामने होया। ये सारी दुनिया दे विच मशहूर हो गया। मैं सुनिया से भी चीन वाले भी अपने बॉर्डर के उत्ते हाले कि उन्होंने पंजाबी गाणियां दी समझ नहीं आउंदी, वह भी पंजाबी गाणी ला के नची आउंदे ने। यह मेहरबानी अपने कलाकारां दी होई है। इन्हां गीतां ने इन्हां गाणियां ने, क्योंकि कलाकार जिहड़ा हुंदा है ना वह समाज का मूँह मोड़ सकदा, जिधर नूं भी मोड़ना चाहे उधर नूं मोड़ सकदा, बंदे दी सोच नूं उधर नूं लै के जा सकदा। कोई चंगा भी गाए, जे वो चंगा गाए, जे वो समाज दे विच उसारू गाए, तो उहदे विच समाज की सोच जिहड़ी उसारू बनती है, उह तां वधू बनती है।
ਇਹ ਪ੍ਰਮੋਟ ਕੀਤਾ ਗਿਆ ਜਜ਼ਬਾਤ ਨੂੰ ਡਾਊਨ ਕਰਨ ਵਾਸਤੇ, ਡਾਊਨ ਫਾਲ ਲਿਆਉਣ ਵਾਸਤੇ, ਇਹਨਾਂ ਦੇ ਵਿੱਚੋਂ ਜਜ਼ਬਾਤ ਨੂੰ ਖਤਮ ਕਰਨ ਵਾਸਤੇ ਇਸ ਤਰ੍ਹਾਂ ਦੇ ਪ੍ਰਚਾਰਕ ਘਸੋੜੇ ਗਏ ਨੇ, ਸਾਡੇ ਵਿੱਚ ਵਾੜੇ ਗਏ ਨੇ, ਜਿਹੜੇ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਤਨਖਾਹ ਦੇ ਉੱਤੇ ਔਰ ਇਸ ਤਰ੍ਹਾਂ ਦੇ ਉਹ ਬਣਾਏ ਬਣਾਏ ਪ੍ਰਚਾਰਕ ਸਾਡੇ ਵਿੱਚ ਘਸੋੜੇ ਗਏ, ਜਿਹੜੇ ਗੁਰੂ ਦੀ ਗੱਲ ਤੋਂ ਕੋਹਾਂ ਦੂਰ ਸਨ ਅਤੇ ਸਿੱਖਾਂ ਦੇ ਵਿੱਚੋਂ ਜਿਹੜਾ ਉਹਨਾਂ ਦਾ ਸਿੱਖੀ ਸਪਿਰਿਟ ਸੀ ਉਹਨੂੰ ਖਤਮ ਕਰਨ ਵਾਸਤੇ ਪੈਦਾ ਕੀਤੇ ਗਏ ਸੀ। ਸੋ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਜਿਹੜੇ ਜੀਵਨ ਦੇ ਵਿੱਚ 27 ਸਾਲ ਤੱਕ ਬਾਬੇ ਬਕਾਲੇ ਦੇ ਵਿੱਚ ਮਾਤਾ ਗੁਜਰ ਕੌਰ ਜੀ, ਕਿਉਂਕਿ ਇਹ ਦੋ ਜੀਆਂ ਦਾ ਸੁਮੇਲ ਹੈ ਜਿਹੜੀ ਭਗਤੀ ਹੈ ਨਾ, ਭਗਤੀ ਜਾਂ ਤਾਂ ਹੋਵੇ ਬੰਦਾ ਇਕੱਲਾ ਹੀ, ਪ੍ਰਚਾਰਕ ਜਾਂ ਤਾਂ ਹੋਵੇ ਇਕੱਲਾ। ਮੈਂ ਵੀ ਪ੍ਰਚਾਰਕਾਂ 'ਤੇ ਆਪਣੇ ਵਿੱਚ ਵਿਅੰਗਮ ਵੀ ਬੈਠੇ ਨੇ, ਜਾਂ ਤਾਂ ਸਾਧ ਸੰਗਤ ਜੀ ਇਕੱਲਾ ਹੋਵੇ ਅਤੇ ਆਪਣਾ ਚੁੱਕੇ ਤੌਲੀਆ ਸ਼ਹਿਰਾਂ 'ਤੇ ਮੋਢੇ 'ਤੇ ਰੱਖੇ ਅਤੇ ਪ੍ਰਚਾਰ ਕਰੇ, ਮੌਜ ਕਰੇ, ਆਪਣਾ ਜੇ ਕੋਈ 4 ਪੈਸੇ ਦੇ ਅਤੇ ਪ੍ਰਸ਼ਾਦਾ ਤਾਂ ਮਿਲ ਹੀ ਜਾਂਦਾ ਹੈ। ਅਤੇ ਜੇ ਫਿਰ ਹੋਵੇ ਗ੍ਰਿਸਤੀ ਅਤੇ ਫਿਰ ਜਿਹੜੀ ਘਰਵਾਲੀ ਆ ਉਹ ਪੈਰ ਦੇ ਨਾਲ ਪੈਰ ਮਿਲਾ ਕੇ ਤੁਰੇ ਅਤੇ ਤਾਂ ਪ੍ਰਚਾਰ ਕਰ ਸਕਦਾ, ਅਤੇ ਜੇ ਉਹ ਆਪਣਾ ਹੀ ਸਾਧ ਸੰਗਤ ਜੀ ਕੌਲੀਆਂ ਖੜਕਾਉਂਦੀ ਰਹੇ ਤਾਂ ਕੰਮ ਬੜਾ ਔਖਾ ਹੋ ਜਾਂਦਾ, ਬਹੁਤ ਜ਼ਿਆਦਾ ਬਹੁਤ ਔਖਾ ਹੁੰਦਾ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ 27 ਸਾਲ ਦੀ ਬੰਦਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਆਉਣ ਦਾ ਇੱਕ ਇਹ ਵੀ ਕਾਰਨ ਸੀ ਦੁਨੀਆਂ ਦੇ ਉੱਤੇ ਕਿ ਸਾਡੇ ਮਾਤਾ ਪਿਤਾ ਨੇ ਬੰਦਗੀ ਇੰਨੀ ਕੀਤੀ ਸੀ। ਹੁਣ ਇਹ ਤਾਂ ਕਿਸੇ ਦਾ ਇਤਿਹਾਸ ਨਹੀਂ ਨਾ ਲਿਖਿਆ ਹੋਇਆ, ਜਿਹੜੇ ਕਹਿੰਦੇ ਉਹਨਾਂ ਨੇ 27 ਸਾਲ ਪ੍ਰਚਾਰ ਫੇਰੀਆਂ ਕੀਤੀਆਂ ਸਨ। ਪਿੱਛੇ ਜੀ ਇੱਕ ਪ੍ਰਚਾਰਕ ਨੇ ਬੜਾ ਜ਼ੋਰ ਲਾਇਆ ਇਹਦੇ ਉੱਤੇ ਵੀ ਉਹਨਾਂ ਪ੍ਰਚਾਰ ਕੀਤਾ ਜੀ, 27 ਸਾਲ ਉਹਨਾਂ ਨੇ ਭਗਤੀ ਕੋਈ ਨਹੀਂ ਕੀਤੀ, ਉਹਨਾਂ ਪ੍ਰਚਾਰ ਕੀਤਾ ਸੀ 27 ਸਾਲ ਜੇ, ਅਤੇ ਹੁਣ ਤੁਸੀਂ ਵੀ ਕਰ ਲਓ ਫਿਰ 27 ਸਾਲ, ਫਿਰ ਉਹਨਾਂ ਕੁਰਬਾਨੀ ਦਿਓ, ਬਾਹਰ ਨਿਕਲ ਕੇ ਅੰਦਰ ਕਿਉਂ ਲੁਕੇ ਬੈਠੇ ਹੋ? ਫਿਰ ਆਪ ਤਾਂ ਬਾਹਰ ਬਾਥਰੂਮ ਵੀ ਜਾਣਾ ਹੋਵੇ ਅਤੇ 4 ਬਾਡੀਗਾਰਡ ਅੱਗੇ ਅਤੇ 4 ਪਿੱਛੇ ਤੁਰਦੇ ਨੇ, ਅਤੇ ਗੁਰੂ ਸਾਹਿਬ ਦੀਆਂ ਰੀਸਾਂ ਕਰਦੇ ਫਿਰਦੇ ਨੇ। ਉਹ ਬਈ ਉਹਨਾਂ ਨੇ ਤਾਂ ਜੋ ਕੁਝ ਕੀਤਾ ਜਾਂ ਤਾਂ ਉਹ ਕਰਕੇ ਵਿਖਾਓ ਵੀ ਉਹ ਕਾਮ ਪ੍ਰਚਾਰ ਕਾਮ ਮਨੁੱਖ ਸਨ, ਉਹਨਾਂ ਨੇ ਬੰਦਗੀ ਵੀ ਕੀਤੀ। ਉਹਨਾਂ ਪ੍ਰਚਾਰ ਤਾਂ ਆਪ ਹੀ ਹੋ ਜਾਂਦਾ ਜਿੱਥੇ ਬੰਦਗੀ ਹੋ ਗਈ, ਤਾਂ ਉਹਨਾਂ ਪ੍ਰਚਾਰ ਵੀ ਕੀਤਾ ਉਹਨਾਂ ਬੰਦਗੀ ਵੀ ਕੀਤੀ ਹੈ, ਪਰ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡੇ ਇੱਥੇ ਜਨਮ ਲੈਣ ਦਾ ਕਾਰਨ ਵੀ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ ਔਰ 6ਵੇਂ ਪਾਤਸ਼ਾਹ ਦੇ ਬਚਨਾਂ ਕਰਕੇ ਹੋਇਆ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਬਚਨਾਂ ਕਰਕੇ ਹੋਇਆ। ਜਦੋਂ 6ਵੇਂ ਪਾਤਸ਼ਾਹ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਸੀ ਕਿ ਮੇਰਾ ਪੁੱਤਰ ਜਿਹੜਾ ਤੇਗ ਬਹਾਦਰ ਹੈ ਇਹ ਘੱਟ ਬਹੁਤ ਬੋਲਦਾ ਦੂਜਿਆਂ ਦੇ ਨਾਲ, ਲੋਕਾਂ ਦੇ ਨਾਲ ਆਏ ਗਏ ਮਸੰਦਾਂ ਦੇ ਨਾਲ ਗੱਲਬਾਤ ਬੜੀ ਘੱਟ ਕਰਦਾ। ਮਹਾਰਾਜ ਦਾ ਜਿਹੜਾ ਸੁਭਾਅ ਸੀ 9ਵੇਂ ਪਾਤਸ਼ਾਹ ਦਾ ਬੜਾ ਉਪਰਾਮ ਸੀ, ਬੰਦਗੀ ਵਿੱਚ ਲੀਨ ਰਹਿਣਾ, ਜਿੱਥੇ ਬਹਿਣਾ ਚੌਂਕੜਾ ਲਾ ਕੇ ਕਿੰਨਾ ਕਿੰਨਾ ਚਿਰ ਬੈਠੇ ਰਹਿਣਾ, ਤਾਂ ਇਹ ਕਿਵੇਂ ਇਹਦਾ ਕੰਮ ਚੱਲੇਗਾ। ਮਾਂ ਨੂੰ ਫਿਕਰ ਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕਾਰੋਬਾਰ ਕਿਵੇਂ ਚੱਲੇਗਾ। ਅਤੇ ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਨੇ ਮਾਤਾ ਨਾਨਕੀ ਜੀ ਦੇ ਬੇਨਤੀ ਕਰਨ ਦੇ ਉੱਤੇ 3 ਚੀਜ਼ਾਂ ਦੀ ਬਖਸ਼ਿਸ਼ ਕੀਤੀ ਸੀ। ਇੱਕ ਤਾਂ ਉਹਨਾਂ ਨੇ ਕਟਾਰ ਦਿੱਤੀ ਸੀ ਆਪਣੇ ਕਮਰ ਕੱਸੇ ਵਿੱਚੋਂ ਕੱਢ ਕੇ, ਕਹਿੰਦੇ ਆਹ ਨਿਸ਼ਾਨੀ ਨਾਨਕੀ, ਇਹਨੂੰ ਝੋਲੀ ਵਿੱਚ ਪਾ ਲੈ, ਕਟਾਰ ਦਿੱਤੀ। ਇੱਕ 6ਵੇਂ ਪਾਤਸ਼ਾਹ ਦਾ ਨਿਤਨੇਮ ਕਰਨ ਵਾਲਾ ਗੁਟਕਾ ਸਾਹਿਬ ਸੀ। ਹੁਣ ਥੋੜ੍ਹਾ ਜਿਹਾ ਮੈਂ ਆਪ ਜੀ ਨੂੰ ਪੁੱਛਾਂ ਵੀ ਤੁਹਾਡੇ ਕੋਲ ਨਿਤਨੇਮ ਵਾਲਾ ਗੁਟਕਾ ਹੈ ਘਰ ਦੇ ਵਿੱਚ? ਆਪੋ ਆਪਣਾ ਗੁਟਕਾ ਸਾਹਿਬ ਹੈ, ਸ਼ੀਸ਼ਾ ਤਾਂ ਸਾਰਿਆਂ ਕੋਲ ਹੋਣਾ ਹੈ, ਗੁਟਕਾ ਸਾਹਿਬ ਪਤਾ ਨਹੀਂ ਹੈ ਕਿ ਨਹੀਂ। ਪੁਰਾਣੇ ਸਿੱਖਾਂ ਦੇ ਕੋਲ ਸਾਰਿਆਂ ਦੇ ਕੋਲ ਖਜ਼ਾਨਾ ਹੁੰਦਾ ਸੀ, ਖਜ਼ਾਨੇ ਦੇ ਵਿੱਚ ਗੁਟਕਾ ਸਾਹਿਬ ਹੁੰਦੇ ਸੀ ਸਾਰਿਆਂ ਦੇ। ਮੈਂ ਬਾਹਵਾਂ ਨਹੀਂ ਤੁਹਾਡੀਆਂ ਖੜੀਆਂ ਕਰਾਉਣੀਆਂ, ਕਿਉਂਕਿ ਰੈਲੀ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਹੈ, ਅਤੇ ਨਾ ਮੈਂ ਕਰਾ ਸਕਣਾ। ਸੰਗਤ ਵੱਡੀ ਹੁੰਦੀ ਹੈ, ਸੰਗਤ ਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਤੁਸੀਂ ਵੱਡੇ ਹੋ, ਅਸੀਂ ਤੁਹਾਡੀਆਂ ਅਸੀਸਾਂ ਦੇ ਨਾਲ ਤੁਹਾਡੀਆਂ ਅਰਦਾਸਾਂ ਦੇ ਨਾਲ ਬੋਲਦੇ ਹਾਂ, ਪਰ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ
ਵੀ ਤੁਹਾਡੇ ਕੋਲ ਨਿਤਨੇਮ ਵਾਲਾ ਸਾਰਿਆਂ ਕੋਲ ਵੱਖਰਾ ਵੱਖਰਾ ਗੁਟਕਾ ਸਾਹਿਬ ਹੈ, ਇਹ ਛੇਵੇਂ ਪਾਤਸ਼ਾਹ ਦੇ ਕੋਲ ਹੈ ਸੀ, ਪਰ ਆਪਾਂ ਇਹ ਹੀ ਕਹਿੰਦੇ ਛੇਵੇਂ ਪਾਤਸ਼ਾਹ ਨੇ ਤਾਂ ਖੰਡੇ ਖੜਕਾਇਆ ਜੀ ਇਕੱਲਾ ਮਹਾਰਾਜ ਦਾ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਦਾ ਜਦੋਂ ਨਿਤਨੇਮ ਕਰਦੇ ਸੀ ਉਦੋਂ ਪਹਿਰਾ ਲੱਗ ਜਾਂਦਾ ਸੀ, ਉਹਨਾਂ ਦੇ ਅੰਦਰ ਕਮਰੇ ਵਿੱਚ ਕੋਈ ਨਹੀਂ ਸੀ ਵੜ ਸਕਦਾ ਜਦੋਂ ਛੇਵੇਂ ਪਾਤਸ਼ਾਹ ਨਿਤਨੇਮ ਕਰਦੇ ਸੀ। ਅੱਜ ਵੀ ਤੁਸੀਂ ਲੁਧਿਆਣੇ ਦੇ ਨਾਲ ਇੱਕ ਨਗਰ ਇੱਕ ਘੁੰਡਾਣੀ ਕਲਾ ਥੋੜ੍ਹੀ ਦੂਰ, ਉੱਥੇ ਮਹਾਰਾਜ ਦਾ ਉਹ 52 ਕਲੀਆਂ ਵਾਲਾ ਚੋਲਾ ਸਾਹਿਬ ਪਿਆ ਹੋਇਆ, ਉਸ ਚੋਲਾ ਸਾਹਿਬ ਦੇ ਨਾਲ ਗੁਰੂ ਸਾਹਿਬ ਦੀ ਪੋਥੀ ਹੈ ਜਿਹਦੇ ਉੱਤੋਂ ਨਿਤਨੇਮ ਕਰਦੇ ਸਨ, ਅਤੇ ਉਹ ਪੋਥੀ ਸਾਹਿਬ ਦੇ ਮੈਂ ਦਰਸ਼ਨ ਕੀਤੇ ਆਪ। ਅਤੇ ਜੇ ਉਹਦਾ ਨਿਤਨੇਮ ਕਰਨ ਲੱਗੀ ਤਾਂ ਸਾਧ ਸੰਗਤ 2-2.5 ਘੰਟੇ ਰੋਜ਼, 3 ਘੰਟੇ ਰੋਜ਼ ਲੱਗਦੇ, ਇੰਨਾ ਨਿਤਨੇਮ ਛੇਵੇਂ ਪਾਤਸ਼ਾਹ ਜੀ ਰੋਜ਼ ਕਰਦੇ ਸੀ। ਆਪਾਂ ਹੁਣ ਬੰਦਗੀ ਵਾਲਾ ਪਾਸਾ ਤਾਂ ਉਹਨਾਂ ਦਾ ਸਾਹਮਣੇ ਲਿਆਉਂਦੇ ਨਹੀਂ ਵੀ ਉਹਨਾਂ ਦਾ ਨਿਤਨੇਮ ਕਿੰਨਾ ਸੀ, ਕਿਉਂਕਿ ਨਿਤਨੇਮ ਆਪਾਂ ਕਰਨਾ ਹੈ ਨਹੀਂ। ਕਿਸੇ ਨੂੰ ਪੁੱਛ ਕੇ ਵੇਖੋ, ਮੈਂ ਆਪ ਪਿੰਡਾਂ ਦੇ ਵਿੱਚੋਂ ਹੀ ਹਾਂ। ਆਹ ਹੁਣ ਥੋੜ੍ਹੇ ਦਿਨ ਪਿੰਡ ਹੀ ਸੀ, ਹਫ਼ਤਾ ਇੱਕ ਸਮਾਗਮ ਸੀ ਉੱਥੇ, ਆ ਸਾਰੇ ਸਿੰਘ ਗਏ ਹੋਏ ਸੀ ਆ ਜਿਹੜੇ ਇੱਥੇ ਜਿੱਥੇ ਤੁਹਾਡੇ ਸਾਹਮਣੇ ਬੋਲ ਰਹੇ ਨੇ। ਤਾਂ ਮੈਂ ਜਦੋਂ ਫਿਰ ਕੇ ਵੇਖਿਆ ਨਾ ਪਿੰਡਾਂ ਦੇ ਵਿੱਚ ਕੀ ਹੈ, ਸਾਧ ਸੰਗਤ ਜੀ ਇੱਕ ਤਾਂ ਗੱਲਾਂ ਕਰਕੇ ਟਾਈਮ, ਚਲੋ ਗੱਲਬਾਤ ਕਰਨੀ ਬੜੀ ਚੰਗੀ ਗੱਲ ਹੈ, ਇੱਕ ਗੱਲੋਂ ਤੁਸੀਂ ਬਚੇ ਹੋ ਸ਼ਹਿਰਾਂ ਨਾਲੋਂ, ਵੀ ਗੱਲਬਾਤ ਕਰ ਲੈਂਦੇ ਹੋ, ਤੁਹਾਡਾ ਮਾਇੰਡ ਫਰੈਸ਼, ਮਨ ਜਿਹੜਾ ਥੋੜ੍ਹਾ ਜਿਹਾ ਹੌਲਾ ਰਹਿੰਦਾ। ਗੱਲਬਾਤ ਕਰਨੀ ਮਾੜੀ ਨਹੀਂ, ਗੱਲਬਾਤ ਕਰਨੀ ਚੰਗੀ ਹੈ, ਪਰ ਇੰਨੀ ਆਦਤ ਗੱਲਾਂ ਦੀ ਪਿੰਡਾਂ ਦੇ ਵਿੱਚ ਵੱਧ ਗਈ ਹੈ ਕਿ ਦੁਆਣ ਦੇ ਵਿੱਚ ਇੱਕ ਘੰਟਾ ਬਹਿਣਗੇ ਅਤੇ ਉਸੇ ਵੇਲੇ ਉੱਠ ਕੇ ਥੱਲੇ ਜਾ ਕੇ ਇੱਕ ਘੰਟਾ ਕਹਿਣਗੇ ਚਲੋ ਗੱਲਬਾਤ ਮਾਰ ਆਈਏ, ਇੱਕ ਘੰਟਾ ਗੱਲਾਂ ਕਰ ਆਈਏ, ਇੱਕ ਘੰਟਾ ਵੀ ਨਹੀਂ ਕੱਢਦੇ ਗੱਲਾਂ ਤੋਂ ਬਿਨਾਂ। ਟਾਈਮ ਟੇਬਲ ਬਣਾਓ ਆਪਣੇ ਜੀਵਨ ਦੇ ਵਿੱਚ ਵੀ ਇੰਨਾ ਟਾਈਮ ਜਿਹੜਾ ਇਹ ਅਸੀਂ ਨਿਤਨੇਮ ਕਰਨਾ ਹੈ, ਤਾਂ ਟਾਈਮ ਟੇਬਲ ਤੋਂ ਬਿਨਾਂ ਜ਼ਿੰਦਗੀ ਫੇਲ ਹੋ ਜਾਂਦੀ ਬੰਦੇ ਦੀ। ਟਾਈਮ ਟੇਬਲ ਕੇਵਲ ਵਿਦਿਆਰਥੀ ਦਾ ਨਹੀਂ ਹੁੰਦਾ, ਹਰ ਇੱਕ ਸਿੱਖ ਦਾ, ਸਿੱਖ ਦਾ ਮਤਲਬ ਹੀ ਸਟੂਡੈਂਟ ਹੈ, ਸਿੱਖ ਦਾ ਮਤਲਬ ਹੀ ਵਿਦਿਆਰਥੀ ਹੁੰਦਾ, ਉਹ ਟਾਈਮ ਟੇਬਲ ਬਣਾਉਂਦਾ। ਮੈਂ ਕਿਤੇ ਛੱਡ ਨਾ ਜਾਵਾਂ, ਟਾਈਮ ਅੱਗੇ ਲੰਘਦਾ ਜਾਂਦਾ। ਮੈਂ ਮਹਾਰਾਜ ਦਾ ਇੱਕ ਸਲੋਕ ਕਿਹਾ ਸੀ ਸੱਚੇ ਦੂਜੇ ਪਾਤਸ਼ਾਹ ਦਾ, ਮੈਂ ਤੁਹਾਡੇ ਨਾਲ ਸਾਂਝਾ ਕਰਦਿਆਂ, ਉਹ ਕਿਤੇ ਰਹਿ ਨਾ ਜਾਏ ਕਿ ਸੱਤੀ ਪਹਿਰੀ ਸੱਤ ਭਲਾ ਬਈਆ ਪੜ੍ਹਿਆ ਪਾਸ। ਮਹਾਰਾਜ ਕਹਿੰਦੇ ਆ ਟਾਈਮ ਟੇਬਲ ਬਣਾ ਗੁਰੂ ਕੇ ਸਿੱਖਾ, 8 ਪਹਿਰਾਂ ਦੇ ਵਿੱਚੋਂ 7 ਪੈਰ ਇੱਕ ਪਾਸੇ ਕਰਦੇ, 7 ਪਹਿਰ ਯਾਨੀ ਕਿ ਇੱਕ ਪਹਿਰ ਹੁੰਦਾ 3 ਘੰਟਿਆਂ ਦਾ, 21 ਘੰਟੇ ਤੂੰ ਯਤਨ ਕਰ ਬਈ ਸੰਗਤ ਚੰਗੇ ਗੁਰਮੁਖਾਂ ਦੀ ਕਰ। ਸੱਤੀ ਪੈਰੀ ਸੱਤ ਭਲਾ, ਸੱਤ ਮੈਨੇ ਉੱਚਾ ਆਚਰਣ, ਭਲੇ ਪੁਰਸ਼ਾਂ ਦੀ ਸੰਗਤ ਕਰ, ਗੁਰਸਿੱਖਾਂ ਦੀ ਸੰਗਤ ਕਰ, ਕਿਸੇ ਕੋਲੋਂ ਸੰਥਿਆ ਲੈ ਲੈ, ਕਿਸੇ ਕੋਲੋਂ ਬਾਣੀ ਸੁਣ ਲੈ, ਗੱਲਬਾਤ ਵੀ ਕਰ ਲੈ, ਕੋਈ ਹਰਜ ਨਹੀਂ। ਕਈ ਕਹਿਣਗੇ ਵੀ ਇਹ ਤਾਂ ਬੰਧਨ ਵਿੱਚ ਪਾ ਦਿੱਤਾ, ਬਈ ਗੱਲਬਾਤ ਵੀ ਕਰੋ, ਕੋਈ ਹਰਜ ਨਹੀਂ, ਗੋਸ਼ਟੀ ਕਰੋ, ਗੱਲਬਾਤ ਕਰੋ, ਬੇਸ਼ੱਕ 10 ਸਿੰਘ ਇਕੱਠੇ ਹੋ ਕੇ ਬਵੋ, ਭਾਵੇਂ ਪਿੱਪਲ ਥੱਲੇ ਬਹਿ ਕੇ ਕੋਈ ਗੱਲ ਕਰੋ, ਇੱਕ ਸ਼ਬਦ ਲੈ ਲਓ ਵੀ ਅੱਜ ਕਥਾ ਦੇ ਵਿੱਚ ਆਹ ਗੱਲ ਹੋਈ ਸੀ, ਵੀ ਇਹਦਾ ਭਾਵ ਕੀ ਹੈ। ਇਹ ਪੜ੍ਹੇ ਲਿਖੇ ਸਿੰਘਾਂ ਦੀ ਜ਼ਿੰਮੇਵਾਰੀ ਹੈ, ਅੰਮ੍ਰਿਤਧਾਰੀ ਸਿੰਘਾਂ ਦੀ ਜ਼ਿੰਮੇਵਾਰੀ। ਇਹ ਪਹਿਲਾਂ ਹੁੰਦੀਆਂ ਸਨ, ਪਹਿਲਾਂ ਪ੍ਰਚਾਰ ਦਾ ਸਿਸਟਮ ਇਹ ਨੁੱਕੜ ਸਿਸਟਮ ਸੀ, ਨੁੱਕੜ ਮੀਟਿੰਗਾਂ ਸਨ, ਅੱਜ ਇਹ ਖਤਮ ਹੋ ਗਈਆਂ ਨੇ, ਅੱਜ ਇਕੱਲੇ ਸਮਾਗਮ ਰਹਿ ਗਏ ਨੇ। ਸਮਾਗਮ ਇੱਕ ਗੈਰ ਜ਼ਿੰਮੇਵਾਰ ਇੱਕ ਕਾਰਵਾਈ ਹੈ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਗੈਰ ਜ਼ਿੰਮੇਵਾਰ ਦਾ ਮਤਲਬ ਕੀ ਹੈ? ਗੈਰ ਜ਼ਿੰਮੇਵਾਰ ਦਾ ਮਤਲਬ ਹੈ ਮੈਂ ਜੋ ਘੰਟਾ ਬੋਲਿਆ ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਕਰੋ ਕਿ ਨਾ ਕਰੋ, ਇਹਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਕੋਈ ਨਹੀਂ। ਪਰ ਜਦੋਂ ਤੁਸੀਂ ਕਿਸੇ ਗੁਰਮੁਖ ਦੀ ਨਿੱਜੀ ਤੌਰ 'ਤੇ ਕਲਾਸ ਅਟੈਂਡ ਕਰਨੀ ਸ਼ੁਰੂ ਕਰ ਦਿੰਦੇ ਹੋ ਪਿੰਡ ਦੇ ਵਿੱਚ, ਭਾਵੇਂ ਉਹ ਸਟੇਜੀ ਨਹੀਂ, ਭਾਵੇਂ ਮੰਜੀ 'ਤੇ ਬਹਿ ਕੇ ਕਰਦੇ ਹੋ, ਅਤੇ ਉਹ ਤੁਹਾਨੂੰ ਦੂਜੇ ਦਿਨ ਚੌਥੇ ਦਿਨ ਜ਼ਰੂਰ ਪੁੱਛਦਾ ਵੀ ਜਿਹੜੀ ਗੱਲ ਤੈਨੂੰ ਕਹੀ ਸੀ ਉਹਦੇ ਬਾਰੇ ਮੈਨੂੰ ਜਵਾਬ ਦੇ, ਉਹ ਜਵਾਬ ਮੰਗਦਾ, ਉਹ ਜ਼ਿੰਮੇਵਾਰ ਕਾਰਵਾਈ ਹੈ। ਆਹ ਸਮਾਗਮ ਜਿਹੜਾ ਜ਼ਿੰਮੇਵਾਰ ਕਾਰਵਾਈ ਨਹੀਂ ਹੈ, ਇਹ ਗੈਰ ਜ਼ਿੰਮੇਵਾਰ ਕਾਰਵਾਈ ਹੈ। ਇਹ ਤੁਸੀਂ ਇੱਥੋਂ ਉੱਠ ਕੇ ਜਾਣਾ ਹੈ, ਤੁਹਾਨੂੰ ਕੋਈ ਘਰ ਪੁੱਛੇ ਤੂੰ ਕੀ ਸੁਣ ਕੇ ਆਇਆ, ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਦੱਸਣ ਦੀ ਕਿ ਕੀ ਸੁਣਿਆ, ਤੂੰ ਕੁਝ ਦੱਸਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ। ਇਹ ਤਾਂ ਆਪਣੀ ਨਿੱਜੀ ਤੌਰ 'ਤੇ ਇੱਕ ਜਲੋ ਹੈ, ਇੱਕ ਤਰ੍ਹਾਂ ਦੇ ਨਾਲ ਇੱਕ ਪ੍ਰੈਸ਼ਰ ਹੈ ਮਨ ਦਾ, ਮਨ ਕਿਸ ਚੀਜ਼ ਨੂੰ ਅਖਤਿਆਰ ਕਰਦਾ ਜੋ ਜ਼ਿਆਦਾ ਲੋਕ ਕਰਦੇ ਨੇ। ਸਮਾਗਮ ਦਾ ਮਤਲਬ ਸਿਰਫ ਹੁੰਦਾ ਕਿ ਇੰਪ੍ਰੈਸ਼ ਕਰਨਾ ਬੰਦੇ ਨੂੰ, ਕਿ ਉਹਦੇ ਮਨ ਨੂੰ ਪ੍ਰਭਾਵਿਤ ਕਰਨਾ, ਜਲੋ ਕਰਨਾ ਕਿ ਇੰਨੇ ਲੋਕ ਇਹ ਕੰਮ ਕਰ ਰਹੇ ਨੇ।
ਇੰਨੇ ਲੋਕ ਅੰਮ੍ਰਿਤ ਛਕ ਰਹੇ ਨੇ, ਇੰਨੇ ਲੋਕ ਬਾਣੀ ਸੁਣ ਰਹੇ ਨੇ, ਇੰਨੇ ਲੋਕ ਬਾਣੀ ਪੜ੍ਹ ਰਹੇ ਨੇ, ਉਹਦੇ ਨਾਲ ਇੰਪ੍ਰੈਸ਼ਰ ਹੁੰਦਾ, ਮਨ ਦੇ ਉੱਤੇ ਪ੍ਰੈਸ਼ਰ ਪੈਂਦਾ, ਮਨੁੱਖ ਨਾ ਵੀ ਕਰਨਾ ਚਾਹੇ ਤਾਂ ਉਹਨੂੰ ਕਰਦਾ। ਤਾਂ ਗੁਰੂ ਸਾਹਿਬ ਕਹਿੰਦੇ ਉਹ ਸੱਤ ਪਹਿਰ ਜਿਹੜੇ ਨੇ 21 ਘੰਟੇ ਜਿਹੜੇ, ਉਹਨਾਂ ਦੇ ਵਿੱਚ ਤੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਭਲੇ ਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ। ਭਲੇ ਪੁਰਸ਼ਾਂ ਦੀ ਕਰ, ਭਾਵੇਂ ਭਲੀਆਂ ਬੀਬੀਆਂ ਦੀ ਵੀ ਕਰ ਸਕਣਾ ਹੈ। ਅਤੇ ਪੁਰਸ਼ ਦਾ ਮਤਲਬ ਇਹ ਜੀਵ ਹੈ, ਦਾ ਅਰਥ ਇਹ ਹੈ। ਉੱਥੇ ਪਾਪ ਪੁੰਨ ਵਿਚਾਰੀਐ, ਕਿਉਂਕਿ ਉਹਨਾਂ ਭਲੇ ਪੁਰਸ਼ਾਂ ਦੀ ਸੰਗਤ ਦੇ ਵਿੱਚ ਚੰਗੇ ਅਤੇ ਮਾੜੇ ਦੀ ਵਿਚਾਰ ਕੀਤੀ ਜਾਂਦੀ ਕਿ ਜੀਵਨ ਕੀ ਹੈ ਅਤੇ ਅਸੀਂ ਕਰ ਕੀ ਰਹੇ ਹਾਂ, ਜੀਵਨ ਕੀ ਹੈ ਇਹ ਮਹਾਰਾਜ ਦੀ ਬਾਣੀ ਕਹਿੰਦੀ ਹੈ। ਜੀਵਨ ਬਾਰੇ ਸਾਨੂੰ ਪਤਾ ਨਹੀਂ ਹੈ, ਅਸੀਂ ਜੀਵਨ ਬਾਰੇ ਇਹ ਸੋਚਿਆ ਕਿ ਜੀਵਨ ਨੂੰ ਚੰਗਾ ਵਧੀਆ ਆਸ਼ਿਆਨਾ ਜਿਹੜਾ ਐਸ਼ ਦੀ ਜ਼ਿੰਦਗੀ ਜਿਉਣਾ ਹੀ ਜੀਵਨ ਹੈ। ਸਾਡੇ ਸਮਾਜ ਨੇ ਸਾਡੀ ਝੋਲੀ ਵਿੱਚ ਇਹ ਵਿਚਾਰ ਪਾਇਆ, ਠੀਕ ਹੈ ਸਰੀਰ ਦੇ ਚੰਗੇ ਤੋਂ ਚੰਗੇ ਸਾਧਨ ਮਨੁੱਖ ਕੋਲ ਹੋਣ ਕੋਈ ਹਰਜ ਨਹੀਂ, ਪਰ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜ਼ਿੰਦਗੀ ਜਿੰਨਾ ਚਿਰ ਸੰਘਰਸ਼ ਵਿੱਚ ਨਹੀਂ ਉਤਰਦੀ ਉਨਾ ਚਿਰ ਜ਼ਿੰਦਗੀ ਘੜੀ ਨਹੀਂ ਜਾ ਸਕਦੀ। ਤੁਸੀਂ ਜੋ ਮਰਜ਼ੀ ਕਰ ਲਓ, ਸਾਡੇ ਕੋਲ ਪਦਾਰਥ ਜ਼ਿਆਦਾ ਨਾ ਹੋਣ ਤਾਂ ਅਸੀਂ ਸੋਚਦੇ ਹਾਂ ਵੀ ਪਦਾਰਥ ਜ਼ਿਆਦਾ ਹੋਣੇ ਚਾਹੀਦੇ ਨੇ, ਚਲੋ ਮਾੜਾ ਨਹੀਂ, ਧਨ ਹੋਣਾ ਕਿਸੇ ਕੋਲ ਮਾੜਾ ਨਹੀਂ ਹੈ, ਪਰ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜੇ ਜ਼ਿੰਦਗੀ ਵਿੱਚ ਸੰਘਰਸ਼ ਹੈ, ਇੱਕ ਬੱਚਾ ਪੜ੍ਹਦਾ ਹੈ, ਉਹ ਬੜੀ ਮੁਸ਼ਕਲ ਨਾਲ ਪੜ੍ਹ ਰਿਹਾ ਹੈ, ਉਹ ਬੜਾ ਔਖਾ ਪੜ੍ਹ ਰਿਹਾ ਹੈ, ਸੰਘਰਸ਼ ਨਾਲ ਪੜ੍ਹ ਰਿਹਾ ਹੈ, ਉਹਦੀ ਪੜ੍ਹਾਈ ਇੱਕ ਅਮੀਰ ਬੱਚੇ ਨਾਲੋਂ ਤੇਜ਼ ਹੋਵੇਗੀ, ਜ਼ਿਆਦਾ ਹੋਵੇਗੀ, ਕਿਉਂਕਿ ਉਹਨੂੰ ਸੰਘਰਸ਼ ਦੇ ਵਿੱਚੋਂ ਲੰਘਣਾ ਪੈ ਰਿਹਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉੱਥੇ ਪਾਪ ਪੁੰਨ ਵਿਚਾਰੀਐ, ਕੂੜਾ ਘਟੈ ਰਾਸ। ਇੱਥੇ ਘਟੈ ਦਾ ਅਰਥ ਹੈ ਘਟਦੀ ਏ, ਰਾਸ ਦਾ ਮਤਲਬ ਪੂੰਜੀ, ਕੂੜਾ ਦਾ ਮਤਲਬ ਝੂਠ ਦੀ ਜੋ ਪਕੜ ਹੈ ਮਨ ਦੇ ਵਿੱਚ, ਆ ਜੋ ਨਜ਼ਰ ਆ ਰਿਹਾ ਕੀ ਹੈ, ਜਿਨ੍ਹਾਂ ਦੇ ਨਾਲ ਮਨ ਜੁੜਿਆ ਹੋਇਆ ਜਿਹੜੀ ਚੀਜ਼ ਦੇ ਨਾਲ, ਉਹਦੇ ਬਾਰੇ ਸਾਡੇ ਕੋਲ ਕੀ ਪਰੂਫ ਨੇ, ਸਾਡੇ ਕੋਲ ਕੀ ਸਬੂਤ ਹੈ ਕਿ ਜੋ ਜਿਸ ਨਾਲ ਸਾਡਾ ਮਨ ਜੁੜਿਆ ਉਹ ਸਾਡੇ ਨਾਲ ਰਹੇਗਾ? ਕੋਈ ਬੰਦਾ ਇਹਦੇ ਬਾਰੇ ਕੋਈ ਦਾਅਵਾ ਨਹੀਂ ਕਰ ਸਕਦਾ। ਜਿੰਨੀਆਂ ਚੀਜ਼ਾਂ ਦੇ ਨਾਲ ਸਾਡੇ ਮਨ ਦੀ ਅਟੈਚਮੈਂਟ ਹੈ, ਜਿੰਨੀਆਂ ਚੀਜ਼ਾਂ ਨਾਲ ਸਾਡਾ ਮਨ ਜੁੜਿਆ ਹੋਇਆ, ਕਿ ਉਹ ਸਾਡੇ ਨਾਲ ਰਹਿ ਸਕਦੀਆਂ ਨੇ? ਇਹ ਤਵਾਰੀਖ ਇਹਨੂੰ ਜਿਹੜੀ ਇਹ ਇਹਨੂੰ ਰੋਂਗ ਕਹਿੰਦੀ, ਇਹਨੂੰ ਗਲਤ ਕਹਿੰਦੀ ਹੈ, ਕਿਉਂਕਿ ਸਾਡੇ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਇਹਨਾਂ ਚੀਜ਼ਾਂ ਨਾਲ ਨਿੱਜੀ ਤੌਰ 'ਤੇ ਸਨੇਹ ਪਾਇਆ, ਉਹਨਾਂ ਦੇ ਕੋਲ ਉਹ ਰਹੀਆਂ ਨਹੀਂ। ਮਹਾਰਾਜ ਨੇ ਵੱਡੇ ਲੋਕਾਂ ਦਾ ਨਾਂ ਲੈ ਦਿੱਤਾ, ਰਾਮ ਗਇਓ, ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ। ਗੁਰੂ ਸਾਹਿਬ ਨੇ ਵੱਡੇ ਲੋਕਾਂ ਦਾ ਨਾਮ ਲੈ ਦਿੱਤਾ, ਸਰਬ ਸੋਇਨ ਕੀ ਲੰਕਾ ਹੁਤੀ, ਰਾਮ ਸੇ ਅਧਿਕਾਈ, ਕਹਾਂ ਪਇਓ ਦਰ ਬਾਂਧੇ ਹਾਥੀ, ਖਿਨਮੈ ਭਈ ਪਰਾਈ। ਤਾਂ ਮਤਲਬ ਇਹ ਹੈ, ਕਹਿਣ ਤੋਂ ਭਾਵ ਇਹ ਹੈ, ਤਾਂ ਉਹ ਕਹਿੰਦੇ ਵੀ ਉੱਥੇ ਤੇਰਾ ਇਹ ਝੂਠ ਦਾ ਜਿਹੜਾ ਮਸਾਲਾ ਇਹ ਘਟੇਗਾ। ਨਾਲ ਕੀ ਜਾਣਾ? ਨਾਲ ਨਾਮ ਨੇ ਜਾਣਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮੁੱਚਾ, ਸੋ ਮੈਂ ਚਾਹੁੰਦਾ ਅਖੀਰ ਦੇ ਉੱਤੇ ਥੋੜ੍ਹਾ ਸਮਾਂ ਆਪਾਂ ਸਿਮਰਨ ਦੇ ਨਾਲ ਜ਼ਰੂਰ ਜੁੜੀਏ। ਮਹਾਰਾਜ ਸਿਮਰਨ ਦੀ ਵਾਰ ਵਾਰ ਗੱਲ ਕਰਦੇ, ਉਹ ਮੈਂ ਤਾਂ ਬੋਲਾਂਗਾ ਔਰ ਤਾਂ ਮੈਂ ਥੋੜ੍ਹਾ ਜਿਹਾ 5 ਮਿੰਟ ਲਾਵਾਂਗਾ ਜੇ ਤੁਸੀਂ ਬੋਲੋਗੇ ਤਾਂ, ਕਿਉਂਕਿ ਅਸੀਂ ਬੋਲਦੇ ਬੜੇ ਘੱਟ ਹਾਂ ਪਿੰਡਾਂ ਦੇ ਵਿੱਚ। ਜੇ ਤੁਸੀਂ ਯਤਨ ਕਰੋਗੇ ਪਹਿਲਾਂ ਤਾਂ ਬੈਠੋ, ਪਹਿਲਾਂ ਤਾਂ ਚੌਂਕੜੇ ਲਾਓ, ਚੌਂਕੜੇ ਲਾ ਕੇ ਸਰੀਰ ਨੂੰ ਸਿੱਧਾ ਕਰੋ, ਪਹਿਲਾਂ ਸਿੱਧਾ ਕਰਕੇ ਫਿਰ ਤੁਹਾਡਾ ਜਿੰਨਾ ਆਵਾਜ਼ ਹੈ, ਪੈਸੇ ਤਾਂ ਮੈਂ ਤੁਹਾਨੂੰ ਕਿਹਾ ਨੇ ਵੀ ਜ਼ਰੂਰ ਦਿਓ, ਆਵਾਜ਼ ਬਾਰੇ ਜ਼ਰੂਰ ਕਹਾਂਗਾ ਵੀ ਜਿੰਨਾ ਕੁ ਤੁਹਾਡਾ ਆਵਾਜ਼ ਹੈ ਉਨੀ ਉੱਚੀ ਤੁਸੀਂ ਬੋਲਣਾ। ਸਾਰੇ ਕਿਰਪਾ ਕਰੋ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਸੋ ਸਤਸੰਗਤ ਜੀ ਆਪ ਜੀ ਦਾ ਬਹੁਤ ਧੰਨਵਾਦ। ਪੂਰਾ ਸਮਾਂ ਆਪ ਜੀ ਨੇ ਇਕਾਗਰਤਾ ਬਣਾ ਕੇ ਸਰਵਣ ਕੀਤਾ ਹੈ। ਸੋ ਗੁਰੂ ਕੇ ਪਿਆਰਿਆਂ ਦਾ, ਸੇਵਾਦਾਰਾਂ, ਪ੍ਰਬੰਧਕਾਂ ਦਾ, ਗਿਆਨੀ ਜੀ ਦਾ, ਜਿਨ੍ਹਾਂ ਨੇ ਉਪਰਾਲਾ ਕਰਕੇ ਪ੍ਰੇਰ ਕੇ ਸਟੇਜ 'ਤੇ ਸੁਭਾਏ ਮਾਨ ਸ਼ਖਸੀਅਤਾਂ ਬਾਬਾ ਸਿੰਦਰ ਸਿੰਘ ਜੀ, ਔਰ ਆਉਣ ਵਾਲਾ ਪ੍ਰੋਗਰਾਮ ਢਾਡੀ ਜਥਾ ਬੀਬੀ ਦਲੇਰ ਕੌਰ ਖਾਲਸਾ ਬਹੁਤ ਜੋਸ਼ ਨਾਲ ਗੁਰੂ ਇਤਿਹਾਸ ਸਾਂਝਾ ਕਰਦੇ ਹਨ। ਸੋ ਆਓ ਅਗਲਾ ਪ੍ਰੋਗਰਾਮ ਸਰਵਣ ਕਰੋ। ਵਿਚਾਰਾਂ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ, ਆਪ ਜੀ ਨੇ ਖਿਮਾ ਕਰਨੀਆਂ। ਸਾਰੇ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।